ਸਾਰੇ ਖਿਡਾਰੀ ਟੀ ਸ਼ਰਟਾਂ ਬਾਹਰ ਉਤਾਰ ਕੇ ਆਉਣ ਦੀ ਬੇਨਤੀ ਹੈ। ਖਿਡਾਰੀਆਂ ਪ੍ਰਤੀ ਕਿਸੇ ਨੇ ਵੀ ਟੀ ਸ਼ਰਟ ਪਾ ਕੇ ਅੰਦਰ ਨਹੀਂ ਆਉਣਾ। ਕੋਟ ਕਰੋੜ ਤੇ ਧੂੜ ਧੂੜ ਰਣਸੀ ਦਾ ਅਗਲਾ ਮੈਚ ਹੋਵੇਗਾ। ਇਹ ਟੀਮਾਂ ਵੇਟਿੰਗ ਬਾਕਸ ਦੇ ਵਿੱਚ ਆ ਕੇ ਰੁਕ ਜਾਣ। ਭਾਗਪੁਰ ਗਗੜਾ ਤੇ ਬਾਬਾ ਹਰੀਦਾਸ ਕਲੱਬ ਤਲਵੰਡੀ ਭਾਈ, ਇਹ ਵੀ ਖਿਡਾਰੀ ਗਰਾਊਂਡ ਦੇ ਨੇੜੇ ਆ ਜਾਣ। ਰੱਜੀ ਵਾਲਾ ਤੇ ਮਾੜੀ ਮੁਸਤਫਾ, ਬਾਬਾ ਦੇਸਰਾਜ ਕਲੱਬ ਡੇਮਰੂਕਰ ਤੇ ਮਟਵਾਣੀ, ਇਹ ਸਾਰੀਆਂ ਟੀਮਾਂ ਤਿਆਰੀ ਖਿੱਚ ਲਓ ਜੀ। ਹਾਂਜੀ ਹੈਲੋ ਨਛੱਤਰ ਸਿੰਘ ਗੁਰਪ੍ਰੀਤ ਸਿੰਘ ਯੂ ਐਸ ਏ ਦੇ ਭਾਈ, ਉਹ ਸਨਮਾਨ ਚਿੰਨ ਪ੍ਰਾਪਤ ਕਰ ਲਏ ਰਹੇ ਨੇ। ਇਹ ਪਰਿਵਾਰ ਵੱਲੋਂ 5,500 ਰੁਪਇਆ ਆਇਆ, ਉਸ ਤੋਂ ਅੱਗੇ ਗਿੰਦਾ ਕਨੇਡਾ, ਉਹਨੂੰ ਬੇਨਤੀ ਕਰਦੇ ਹਾਂ ਕਿ ਗਿੰਦਾ ਕਨੇਡਾ ਉਹਨਾਂ ਦਾ ਕੋਈ ਵੀ ਪਰਿਵਾਰਕ ਮੈਂਬਰ ਇੱਥੇ ਹੈਗਾ ਸਾਡੀ ਵਾਸ ਸੁਣਦਾ ਤਾਂ ਆਪਣਾ ਸਨਮਾਨ ਚਿੰਨ ਪ੍ਰਾਪਤ ਕਰ ਲਏ। ਉਸ ਤੋਂ ਅੱਗੇ ਮੰਗਲ ਸਿੰਘ ਯੂ ਐਸ ਏ, ਮੰਗਲ ਸਿੰਘ ਬਰਾੜ ਯੂ ਐਸ ਏ, ਨਾਰ ਸਿੰਘ ਕਨੇਡਾ, ਇਹਨਾਂ ਦਾ ਸਨਮਾਨ ਚਿੰਨ ਜਗਜੀਤ ਸਿੰਘ ਸਰਪੰਚ ਨੇ ਪ੍ਰਾਪਤ ਕਰਨਾ। ਰਵਿੰਦਰ ਸੋਨੀ ਜੇਈ ਬਿਜਲੀ ਬੋਰਡ ਵਾਲੇ, ਗੁਰਵਾਸ ਸਿੰਘ, ਦਵਿੰਦਰ ਸਿੰਘ ਮਾਸਟਰ, ਇਹਨਾਂ ਦਾ ਸਨਮਾਨ ਚਿੰਨ ਕਬੱਡੀ ਖਿਡਾਰੀ ਬਲਜਿੰਦਰ ਸਿੰਘ ਬੱਬੂ, ਅਸੀਂ ਕਮੇਟੀ ਮੈਂਬਰਾਂ ਨੂੰ ਬੇਨਤੀ ਕਰਦੇ ਹਾਂ ਕਿ 2 ਮਿੰਟ ਮੂਹਰੇ ਸਟੇਜ ਤੇ ਆ ਜਾਣ। ਸਾਡੇ ਦਾਨੀ ਸੱਜਣਾਂ ਨੂੰ ਸਨਮਾਨਿਤ ਕਰਨਾ ਹੈ। ਨਰਵੈਲ ਸਿੰਘ, ਚਰਨ ਸਿੰਘ ਪੰਚਾਇਤ ਮੈਂਬਰ, ਇਹਨਾਂ ਨੂੰ ਬੇਨਤੀ ਕਰਦੇ, ਕਸ਼ਮੀਰ ਸਿੰਘ, ਗੁਰਨੈਲ ਸਿੰਘ ਕਮੇਟੀ ਮੈਂਬਰ, ਅਸੀਂ ਇਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਸਟੇਜ ਦੇ ਮੂਹਰਲੇ ਪਾਸੇ ਆ ਜਾ। ਨਾਰ ਸਿੰਘ ਕਨੇਡਾ, ਇਹਨਾਂ ਦਾ ਸਨਮਾਨ ਚਿੰਨ ਜਗਜੀਤ ਸਿੰਘ ਸਰਪੰਚ, ਜਿੱਥੇ ਵੀ ਸਾਡੀ ਆਵਾਜ਼ ਸੁਣਦਾ ਸਟੇਜ ਦੇ ਮੂਹਰਲੇ ਪਾਸੇ ਆ ਜਾਏ। ਜਗਜੀਤ ਸਿੰਘ ਸਾਬਕਾ ਸਰਪੰਚ, ਧਰਮਕੋਟ ਤੇ ਰਾਉਵਾਲ, ਟੀਮਾਂ ਜਲਦੀ ਤੋਂ ਜਲਦੀ ਆਪਣਾ ਮੁਕਾਬਲਾ ਸ਼ੁਰੂ ਕਰ ਲੈਣ। ਕੋਈ ਵੀ ਪਲੇਅਰ ਵੈਸਲੀਨ ਲਾ ਕੇ ਗਰਾਊਂਡ 'ਚ ਨਾ ਜੀ ਆਵੇ, ਕੋਈ ਵੀ ਪਲੇਅਰ ਚਕਨਾਈ ਵਰਤ ਕੇ ਗਰਾਊਂਡ 'ਚ ਨਾ ਪਹੁੰਚੇ, ਅਸੀਂ ਟੀਮ ਸਕਰੈਚ ਕਰ ਦਾਂਗੇ। ਔਰ ਅਗਲਾ ਮੈਚ ਕੋਟ ਕਰੋੜ ਤੇ ਧੂੜ ਕੋਟ ਰਣਸੀ, ਇਹ ਟੀਮਾਂ ਤਿਆਰੀ ਕਰਕੇ ਗਰਾਊਂਡ ਦੇ ਨੇੜੇ ਆ ਜਾਣ। ਜਗਜੀਤ ਸਿੰਘ ਸਰਪੰਚ ਨੂੰ ਸਾਡੇ ਟੂਰਨਾਮੈਂਟ ਕਮੇਟੀ ਦੇ ਮੈਂਬਰ ਸਨਮਾਨਿਤ ਕਰ ਰਹੇ ਨੇ, ਨਾਰ ਸਿੰਘ ਦਾ ਸਨਮਾਨਿਤ ਪ੍ਰਾਪਤ ਕਰ ਰਹੇ ਨੇ, ਜਗਜੀਤ ਸਿੰਘ ਸਾਬਕਾ ਸਰਪੰਚ। ਨਾਲ ਹੀ ਅਸੀਂ ਬੇਨਤੀ ਕਰਦੇ ਹਾਂ ਗਿੱਦਾ ਕਨੇਡਾ, ਇਸ ਪਰਿਵਾਰ ਵੱਲੋਂ ਵੀ 5,000 ਰੁਪਇਆ ਟੂਰਨਾਮੈਂਟ ਵਾਸਤੇ ਭੇਜਿਆ ਗਿਆ। ਅਸੀਂ ਇਹਨਾਂ ਦਾਨੀ ਸੱਜਣਾਂ ਦਾ ਵੀ ਧੰਨਵਾਦ ਕਰਦੇ ਹਾਂ। ਨਾਲ ਹੀ ਰਵਿੰਦਰ ਸੋਨੀ ਜੇਈ ਪਿੰਡ ਬਾਘਾ ਪੁਰਾਣਾ ਬਿਜਲੀ ਬੋਰਡ ਵਾਲੇ, ਗੁਰਵਾਸ ਸਿੰਘ, ਦਵਿੰਦਰ ਸਿੰਘ ਮਾਸਟਰ, ਬੱਬੂ ਨੂੰ ਬੇਨਤੀ ਕਰਦੇ ਹਾਂ ਕਿ ਉਹ ਵੀ ਆਪਣਾ ਸਨਮਾਨ ਚਿੰਨ ਪ੍ਰਾਪਤ ਕਰ ਲਵੇ। ਬੱਬੂ ਰਾਉਵਾਲ ਖਿਡਾਰੀ, ਖੇਤਾਂ ਵਾਲੀ ਸਾਈਡ ਹੈ ਰਾਉਵਾਲ ਦੀ ਟੀਮ, ਤੇ ਧਰਮਕੋਟ ਦੀ ਟੀਮ ਸਕੂਲ ਵਾਲੇ ਪਾਸੇ। ਜਿਹੜੇ ਟੀਮਾਂ ਦੇ ਸਪੇਅਰ ਖਿਡਾਰੀ ਨੇ ਉਹ ਬਾਕਸ ਦੇ ਵਿੱਚ ਰੁਕਣ, ਜਿਹੜੇ ਦੋਹੋਂ ਟੀਮਾਂ ਦੇ ਸਪੇਅਰ ਖਿਡਾਰੀ ਹੈ ਕਿਰਪਾ ਕਰਕੇ ਉਹ ਬਾਕਸ ਦੇ ਵਿੱਚ ਰੁਕਣ। ਅਗਲਾ ਮੈਚ ਹੋਵੇਗਾ ਕੋਟ ਕਰੋੜ ਤੇ ਧੂੜ ਕੋਟ ਰਣਸੀ, ਇਹ ਖਿਡਾਰੀ ਤਿਆਰੀ ਖਿੱਚ ਕੇ ਗਰਾਊਂਡ ਦੇ ਨੇੜੇ ਆ ਜਾਣ। ਲਓ ਦੇਖਦੇ ਵੀ ਧਰਮਕੋਟ ਵੱਲੋਂ ਪਹਿਲੀ ਕਬੱਡੀ, ਬਦਰਾਜ ਗੱਜਣ ਵਾਲਾ, ਗੱਲ ਕਸੂਤੀ ਹੋ ਗਈ। ਹਾਂਜੀ, ਦਵਿੰਦਰ ਸਿੰਘ ਮਾਸਟਰ ਦਾ ਸਨਮਾਨ ਚਿੰਨ ਪ੍ਰਾਪਤ ਕਰ ਰਹੇ ਨੇ ਸਾਡੇ ਕਬੱਡੀ ਖਿਡਾਰੀ ਬਲਜਿੰਦਰ ਸਿੰਘ ਬੱਬੂ। ਉਸ ਤੋਂ ਅੱਗੇ ਬੇਨਤੀ ਕਰਦੇ ਹਾਂ ਹਰਬੰਸ ਸਿੰਘ ਕਨੇਡਾ, ਇਹਨਾਂ ਦਾ ਸਨਮਾਨ ਚਿੰਨ, ਧਰਮ ਸਿੰਘ ਪੰਚਾਇਤ ਮੈਂਬਰ, ਉਹਨੂੰ ਬੇਨਤੀ ਕਰਦੇ ਹਾਂ ਧਰਮ ਸਿੰਘ ਪੰਚਾਇਤ ਮੈਂਬਰ ਹਰਬੰਸ ਸਿੰਘ ਕਨੇਡਾ ਦਾ ਸਨਮਾਨ ਚਿੰਨ ਪ੍ਰਾਪਤ ਕਰ ਲੈਣ। ਹਰਬੰਸ ਸਿੰਘ ਕਨੇਡਾ ਵੱਲੋਂ ਸਾਡੀ ਟੂਰਨਾਮੈਂਟ ਕਮੇਟੀ ਵਾਸਤੇ 5,000 ਰੁਪਇਆ ਆਇਆ, ਅਸੀਂ ਦਾਨੀ ਸੱਜਣ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਲਓ ਪਵਿੱਤਰ ਸਿੰਘ ਰਾਉਵਾਲ ਪਿੰਡ ਦਾ, ਦੇਖਦੇ ਵੀ ਨੌਜਵਾਨ ਧਾਵੀ ਕਬੱਡੀ ਪਾ ਕੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਵਿੱਚ ਜੁੜ ਚੁੱਕਿਆ ਹੈ। ਚੱਲ ਵੀ ਅਗਲੀ ਧਰਮਕੋਟ ਵੱਲੋਂ ਫਿਰ ਕਬੱਡੀ, ਅਗਲਾ ਮੈਚ ਹੋਵੇਗਾ ਕੋਟ ਕਰੋੜ ਤੇ ਧੂੜ ਕੋਟ ਰਣਸੀ, ਟੀਮਾਂ ਤਿਆਰੀ ਖਿੱਚ ਲੈਣ ਮੇਰੇ ਵੀ ਅਗਲੇ ਮੈਚ ਲਈ। ਦੇਖਦੇ ਸਾਹਮਣੇ ਧਰਮਕੋਟ ਦੀਆਂ ਨੌਜਵਾਨ ਧਾਵੀ, ਲੱਖੇ ਹੋਣਾ ਦਾ ਵੱਡਾ ਨਾਂ, ਉਹ ਚਾਰ ਜਾਤੀ ਨੇ ਰਾਉਵਾਲ ਪਿੰਡ ਦੇ। ਦੂਸਰੇ ਪਾਸੇ ਦੋਨਾਂ ਵੱਲੋਂ ਵੱਜੀ ਹੋਈ ਖਿੱਚ। ਹਾਂਜੀ, ਧਰਮ ਸਿੰਘ ਪੰਚਾਇਤ ਮੈਂਬਰ, ਉਹਨੂੰ ਬੇਨਤੀ ਕਰਦੇ ਹਾਂ ਕਿ ਹਰਬੰਸ ਸਿੰਘ ਦਾ ਸਨਮਾਨ ਚਿੰਨ ਪ੍ਰਾਪਤ ਕਰ ਲੈਣ। ਧਰਮ ਸਿੰਘ ਮੈਂਬਰ ਸਰਪਣ ਸਿੰਘ ਸਾਬਕਾ ਸਰਪੰਚ ਯੂ ਐਸ ਏ, ਚਮਕੌਰ ਸਿੰਘ ਕਾਲੀ, ਚਰਨ ਸਿੰਘ ਮੈਂਬਰ
ਕਾਲਨ ਸਿੰਘ ਸਾਬਕਾ ਪੰਚਾਇਤ ਮੈਂਬਰ ਸੁਖਵਿੰਦਰ ਸਿੰਘ ਸਿੱਧੂ ਸ਼ੇਰ ਸਿੰਘ ਦਾ ਲੜਕਾ ਇਹਨਾਂ ਦਾਨੀ ਸੱਜਣਾਂ ਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਕੋਲੇ ਸਮੇਂ ਦੀ ਘਾਟ ਆ ਮਿਹਰਬਾਨੀ ਕਰਕੇ ਸਟੇਜ ਦੇ ਮੂਹਰੇ ਪਹੁੰਚਣ ਦੀ ਕਿਰਪਾਲਤਾ ਕਰਨ ਹੈਲੋ ਕੋਟ ਕਰੋੜ ਤੇ ਧੂੜ ਕੋਟ ਰਣਸੀ ਇਹ ਦੋਹੋ ਟੀਮਾਂ ਦੇ ਖਿਡਾਰੀ ਵੇਟਿੰਗ ਰੂਮ ਦੇ ਵਿੱਚ ਆ ਕੇ ਰੁਕ ਜਾਣ ਕੋਟ ਕਰੋੜ ਤੇ ਧੂੜ ਕੋਟ ਰਣਸੀ ਇਸ ਤੋਂ ਅਗਲੇ ਮੈਚ ਲਈ ਇਹ ਦੋਹੋ ਟੀਮਾਂ ਦਾ ਮੈਚ ਹੋਵੇਗਾ ਔਰ ਪੁਆਇੰਟ ਨੌਜਵਾਨ ਰਾਓਵਾਲ ਦੀ ਟੀਮ ਦੇ ਹਿੱਸੇ ਜੁੜ ਚੁੱਕੇ ਹੈ ਭਾਗਪੁਰ ਕੰਗੜਾ ਤੇ ਬਾਬਾ ਹਰੀਦਾਸ ਕਲੱਬ ਤਲਵੰਡੀ ਭਾਈ ਜੀ ਇਹ ਵੀ ਟੀਮਾਂ ਤਿਆਰੀ ਕਰੋ ਮਾੜੀ ਮੁਸਤਫਾ ਤੇ ਰੱਜੀ ਵਾਲਾ ਚਾਰ ਸਿੰਘ ਮੈਂਬਰ ਸਾਬਕਾ ਸਰਪੰਚ ਸਰਪਣ ਸਿੰਘ ਚਮਕੌਰ ਸਿੰਘ ਘਾਲੀ USA ਇਹਨਾਂ ਦੋਨਾਂ ਦਾਨੀ ਸੱਜਣਾਂ ਵੱਲੋਂ ਸਾਡੀ ਟੂਰਨਾਮੈਂਟ ਕਮੇਟੀ ਵਾਸਤੇ 7000 ਰੁਪਇਆ ਆਇਆ ਇਹਨਾਂ ਨੂੰ ਸਨਮਾਨਿਤ ਕਰ ਰਹੇ ਨੇ ਸਾਡੇ ਕਮੇਟੀ ਮੈਂਬਰ ਰਾਮ ਸਿੰਘ ਪ੍ਰਧਾਨ ਨਛੱਤਰ ਸਿੰਘ ਜਸਪਾਲ ਸਿੰਘ ਸ਼ਮੀਰ ਸਿੰਘ ਉਸ ਤੋਂ ਅੱਗੇ ਸੁਖਵਿੰਦਰ ਸਿੰਘ ਸਿੱਧੂ ਸ਼ੇਰ ਸਿੰਘ ਦਾ ਲੜਕਾ ਇਸ ਪਰਿਵਾਰ ਵੱਲੋਂ ਵੀ 31000 ਰੁਪਈਏ 3100 ਰੁਪਈਆ ਆਇਆ ਸੋਰੀ 3100 ਰੁਪਈਆ ਸਿੰਧੂ ਵੱਲੋਂ ਆਇਆ ਕਰਮ ਸਿੰਘ ਸਾਬਕਾ ਪੰਚਾਇਤ ਮੈਂਬਰ ਕਰਮ ਸਿੰਘ ਸਾਬਕਾ ਪੰਚਾਇਤ ਮੈਂਬਰ ਇਹ ਦਾਨੀ ਸੱਜਣ ਨੂੰ ਬੇਨਤੀ ਕਰਦੇ ਜਿੱਥੇ ਸਾਡੀ ਵਾਸ ਆਉਂਦਾ ਸਟੇਜ ਦੇ ਮੂਹਰੇ ਪਹੁੰਚਣ ਦੀ ਕਿਰਪਾਲਤਾ ਕਰੇ ਗੁਰਵਾਸ ਸਿੰਘ ਨੂੰ ਬੇਨਤੀ ਕਰਦੇ ਹਾਂ ਧਰਮ ਸਿੰਘ ਮੈਂਬਰ ਉਹਨੂੰ ਬੇਨਤੀ ਕਰਦੇ ਹਾਂ ਕਿ ਹਰਬੰਸ ਸਿੰਘ ਦਾ ਸਨਮਾਨ ਚਿੰਨ ਪ੍ਰਾਪਤ ਕਰ ਲੈਣ ਧਰਮ ਸਿੰਘ ਮੈਂਬਰ ਦਲਜੀਤ ਸਿੰਘ USA ਧਰਮਕੋਟ ਤੇ ਰਾਓਵਾਲ ਇਹ ਦੋਹੋ ਟੀਮਾਂ ਦਾ ਜਿਹੜਾ ਇਸ ਵਕਤ ਖੇਡ ਗਰਾਊਂਡ ਦੇ ਵਿੱਚ ਮੁਕਾਬਲਾ ਚੱਲ ਰਿਹਾ ਹੈ ਪਵਿੱਤਰ ਸਿੰਘ ਰਾਓਵਾਲ ਪਿੰਡ ਦਾ ਦੇਖਦੇ ਵੀ ਮੁਕਾਬਲਾ ਹੋਇਆ ਦੋਹੋ ਖਿਡਾਰੀਆਂ ਦਾ ਦੂਸਰੇ ਪਾਸੇ ਧਰਮਕੋਟ ਜਾਂ ਜਾਪੀ ਬਿਲਕੁਲ ਲਾਈਨ ਤੇ ਆ ਗਏ ਦਲਜੀਤ ਸਿੰਘ USA ਦਾ ਸਨਮਾਨ ਚਿੰਨ ਪ੍ਰਾਪਤ ਕਰ ਰਹੇ ਨੇ ਕਸ਼ਮੀਰ ਸਿੰਘ ਹੈਲੋ ਕਰਮ ਸਿੰਘ ਪੰਚਾਇਤ ਮੈਂਬਰ ਸਾਬਕਾ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਵੀ ਸਨਮਾਨ ਚਿੰਨ ਪ੍ਰਾਪਤ ਕਰ ਲੈਣ ਗੁਰਵਾਸ ਸਿੰਘ ਹਰਬੰਸ ਸਿੰਘ ਕੈਨੇਡਾ ਸਨਮਾਨ ਚਿੰਨ ਧਰਮ ਸਿੰਘ ਪੰਚਾਇਤ ਮੈਂਬਰ ਉਹਨਾਂ ਨੂੰ ਬੇਨਤੀ ਕਰਦੇ ਹਾਂ ਜੋ ਬੈਸਟ ਰੇਡਰ ਅਤੇ ਸਟਾਪਰ ਦਾ ਇਨਾਮ ਦਿੱਤਾ ਜਾਣਾ ਹੈ 5000 ਰੁਪਈਆ ਸ਼ਮਸ਼ੇਰ ਸਿੰਘ ਕੈਨੇਡਾ ਉਹਨਾਂ ਦੇ ਲੜਕੇ ਜਿੰਮੀ ਕੈਨੇਡਾ ਅਤੇ ਗੈਰੀ ਕੈਨੇਡਾ ਵੱਲੋਂ 5000 ਰੁਪਈਆ ਦਿੱਤਾ ਜਾਣਾ ਸਾਰੇ ਖਿਡਾਰੀ ਬਾਕਸ ਦੇ ਵਿੱਚ ਰੁਕਣ ਜਿਹੜੇ ਟੀਮਾਂ ਦੇ ਸਪੇਅਰ ਖਿਡਾਰੀ ਨੇ ਕੋਟ ਕਰੋੜ ਤੇ ਧੂੜ ਕੋਟ ਰਣ ਸੀ ਅਗਲੇ ਮੈਚ ਲਈ ਟੀਮਾਂ ਬਿਲਕੁਲ ਤਿਆਰੀ ਦੇ ਵਿੱਚ ਰਹਿਣ ਕੋਟ ਕਰੋੜ ਤੇ ਧੂੜ ਕੋਟ ਰਣ ਸੀ ਭਾਗਪੁਰ ਕੰਗੜਾ ਤੇ ਬਾਬਾ ਹਰੀਦਾਸ ਕਲੱਬ ਤਲਵੰਡੀ ਭਾਈ ਇਹ ਵੀ ਤਿਆਰੀ ਖਿਚਰੋ ਹੈਲੋ ਕੁਲਵੰਤ ਸਿੰਘ ਕਾਂਤਾ ਚਾਰ ਸਿੰਘ ਮੈਂਬਰ ਦਾ ਭਾਈ ਜਿੱਥੇ ਵਾਸ ਆਉਂਦਾ ਉਹ ਆ ਕੇ ਆਪਣਾ ਸਨਮਾਨ ਚਿੰਨ ਪ੍ਰਾਪਤ ਕਰ ਲਵੇ ਕੁਲਵੰਤ ਸਿੰਘ ਹੈਲੋ ਮਾਲਾ ਰਾਓਵਾਲ ਸਾਨੂੰ ਇੱਥੇ ਆ ਕੇ ਮਿਲੇ ਮਾਲਾ ਹੁਸ਼ਿਆਰਪੁਰ ਵਾਲੇ ਰਾਓਵਾਲ ਜੇਤੂ ਜੀ ਰਾਓਵਾਲ ਦੀ ਟੀਮ ਜੇਤੂ ਰਹੀ ਹੈ ਇਸ ਮੈਚ ਦੇ ਵਿੱਚੋਂ ਖੁਖਰਾਣਾ ਸੋਰੀ ਧੂੜ ਕੋਟ ਰਣਸੀ ਤੇ ਕੋਟ ਕਰੋੜ ਇਹ ਟੀਮਾਂ ਆ ਕੇ ਆਪਣਾ ਮੁਕਾਬਲਾ ਸ਼ੁਰੂ ਕਰ ਲੈਣ ਧੂੜ ਕੋਟ ਰਣਸੀ ਤੇ ਕੋਟ ਕਰੋੜ ਚਾਰ ਸਿੰਘ ਮੈਂਬਰ ਦੇ ਛੋਟੇ ਭਾਈ ਸਾਡੇ ਕੋਲੋਂ ਸਨਮਾਨ ਚਿੰਨ ਪ੍ਰਾਪਤ ਕਰ ਰਹੇ ਨੇ ਧਰਮ ਸਿੰਘ ਪੰਚਾਇਤ ਮੈਂਬਰ ਜੋ ਹਰਬੰਸ ਸਿੰਘ ਕੈਨੇਡਾ ਨੇ ਸਾਨੂੰ 5000 ਰੁਪਈਆ ਭੇਜਿਆ ਉਹਨਾਂ ਦਾ ਸਨਮਾਨ ਚਿੰਨ ਪ੍ਰਾਪਤ ਕਰ ਰਹੇ ਨੇ ਧਰਮ ਸਿੰਘ ਪੰਚਾਇਤ ਮੈਂਬਰ ਨਾਲ ਹੀ ਬੇਨਤੀ ਕਰਦੇ ਹਾਂ ਕਰਮ ਸਿੰਘ ਉਹਨਾਂ ਦਾ ਕੋਈ ਵੀ ਪਰਿਵਾਰਕ ਮੈਂਬਰ ਇੱਥੇ ਹੈਗਾ ਤਾਂ ਆਣ ਕੇ ਆਪਣਾ ਸਨਮਾਨ ਚਿੰਨ ਪ੍ਰਾਪਤ ਕਰ ਲਵੇ ਗੁਰਵਾਸ ਸਿੰਘ ਰੁਪਿੰਦਰ ਸਿੰਘ ਸੋਨੀ ਜੇਈ ਕੋਟ ਕਰੋੜ ਤੇ ਧੂੜ ਕੋਟ ਰਣਸੀ ਬਾਬਾ ਹਰੀਦਾਸ ਕਲੱਬ ਤਲਵੰਡੀ ਭਾਈ ਤੇ ਭਾਗਪੁਰ ਕੰਗੜਾ ਅਗਲੇ ਮੈਚ ਦੀਆਂ ਇਹ ਦੋਹੋ ਟੀਮਾਂ ਵੇਟਿੰਗ ਰੂਮ ਜਾ ਕੇ ਰੁਕ ਜਾਣ ਬਾਬਾ ਹਰੀਦਾਸ ਕਲੱਬ ਤਲਵੰਡੀ ਭਾਈ
ਤੇ ਭਾਗਪੁਰ ਗੰਗੜਾ ਮਾੜੀ ਮੁਸਤਫਾ ਤੇ ਰੱਜੀ ਵਾਲਾ ਬਾਬਾ ਦੇਸ ਰਾਜ ਕਲੱਬ ਡੇਬਰੂ ਖੁਰਦ ਤੇ ਮਟਵਾਣੀ ਡਗਰੂ ਤੇ ਮਾਲਾ ਕਲੱਬ ਦੱਦਾ ਹੂਰ ਤੇ ਵਰੇ ਡਰੋਲੀ ਭਾਈ ਏ ਤੇ ਘੋਲੀਆ ਖੁਰਦ ਮੇਜ਼ਬਾਨ ਟੀਮ ਭੇਖਾ ਤੇ ਰੰਡੇ ਸਨੇਰ ਤੇ ਬਾਬਾ ਰੁਖੜਦਾਸ ਕਲੱਬ ਪਲੂਰ ਤੇ ਉਸ ਤੋਂ ਬਾਅਦ ਪੜਾਣਾ ਤੇ ਸਾਫੂ ਵਾਲਾ ਇਹ ਸਾਰੀਆਂ ਟੀਮਾਂ ਤਿਆਰੀ ਖਿੱਚ ਲਓ ਜੀ। ਲੱਖ ਕੋਟ ਕਰੋੜ ਤੇ ਮੁਕਾਬਲਾ ਜਿਹੜਾ ਇਹ ਧੂੜਕੋਟ ਰਣਸੀ ਦਾ ਇਸ ਵਕਤ ਸ਼ੁਰੂ ਕਰਵਾਇਆ ਜਾ ਰਿਹਾ ਹੈ। ਕੋਟ ਕਰੋੜ ਤੇ ਧੂੜਕੋਟ ਰਣਸੀ ਭਾਗਪੁਰ ਗੰਗੜਾ ਤੇ ਤਲਵੰਡੀ ਭਾਈ ਬਾਬਾ ਹਰੀਦਾਸ ਕਲੱਬ ਅਗਲੇ ਮੁਕਾਬਲੇ ਲਈ ਦੋਹੋਂ ਟੀਮਾਂ ਗਰਾਊਂਡ ਦੇ ਨੇੜੇ ਆ ਜਾਣ ਵੇਟਿੰਗ ਰੂਮ ਤੇ। ਚਲੋ ਬਈ ਮੈਚ ਸ਼ੁਰੂ ਕਰੋ। ਹੈਲੋ ਕਰਨ ਸਿੰਘ ਸਾਬਕਾ ਪੰਚਾਇਤ ਮੈਂਬਰ ਨੂੰ ਬੇਨਤੀ ਕਰਦੇ ਹਾਂ ਕਿ ਉਹਨਾਂ ਦਾ ਪਰਿਵਾਰਕ ਮੈਂਬਰ ਕੋਈ ਵੀ ਹੈਗਾ ਤਾਂ ਸਾਡੇ ਕੋਲੋਂ ਸਨਮਾਨ ਚਿੰਨ੍ਹ ਪ੍ਰਾਪਤ ਕਰ ਲਵੇ। ਨਾਲ ਹੀ ਅੰਗਰੇਜ਼ ਸਿੰਘ ਗੋਲੂ ਪਿੰਡ ਗੱਜਣ ਵਾਲੇ ਤੋਂ ਉਹਨੂੰ ਬੇਨਤੀ ਕਰਦੇ ਹਾਂ। ਲਓ ਕੋਟ ਕਰੋੜ ਦੀ ਜਿਹੜੀ ਟੀਮ ਹੈ ਖੇਤਾਂ ਵਾਲੀ ਸਾਈਡ ਦੇਖਦੇ ਵੀ ਲੱਖਾਂ ਕੋਟ ਕਰੋੜ ਦੀ ਧਰਤੀ ਦਾ ਨੌਜਵਾਨ ਜਾਪੀ ਇਹ ਪੁਆਇੰਟ ਇਸ ਵਕਤ ਧੂੜਕੋਟ ਰਣਸੀ ਦੇ ਹਿੱਸੇ ਜੁੜ ਚੁੱਕਿਆ ਹੈ। ਸਾਡੇ ਕੈਨੇਡਾ ਵਾਲੇ ਜਿੰਮੀ ਤੇ ਗੈਰੀ ਧਾਲੀਵਾਲ ਪਰਿਵਾਰ ਸ਼ਮਸ਼ੇਰ ਸਿੰਘ ਕੈਨੇਡਾ ਜੀ ਦੇ ਬੇਟੇ ਨੇ ਬੈਸਟ ਰੇਡਰ ਤੇ ਬੈਸਟ ਜਾਪੀ ਨੂੰ ਪੰਜ ਹਜ਼ਾਰ ਰੁਪਇਆ ਓਪਨ ਦੇ ਮੁਕਾਬਲੇ ਜਿਹੜੇ ਬੈਸਟ ਜਾਪੀ ਤੇ ਬੈਸਟ ਰੇਡਰ ਨੂੰ ਵਿਸ਼ੇਸ਼ ਤੌਰ ਤੇ ਮਾਣ ਸਨਮਾਨ ਦਿੱਤਾ ਜਾਵੇਗਾ ਸ਼ਮਸ਼ੇਰ ਸਿੰਘ ਦੇ ਪਰਿਵਾਰ ਵੱਲੋਂ ਜਿੰਮੀ ਕੈਨੇਡਾ ਤੇ ਗੈਰੀ ਕੈਨੇਡਾ ਵੱਲੋਂ ਧੰਨਵਾਦ ਜੀ। ਹੈਲੋ ਅਸੀਂ ਦਾਨੀ ਸੱਜਣਾ ਨੂੰ ਬੇਨਤੀ ਕਰਦੇ ਹਾਂ ਕਿ ਸਾਡੀ ਆਵਾਜ਼ ਸੁਣਦਿਆਂ ਇਸ ਸਟੇਜ ਦੇ ਮੂਹਰੇ ਪਹੁੰਚਿਆ ਕਰਨਾ ਸਾਡਾ ਫਰਜ਼ ਬਣਦਾ ਹੈ ਕਿ ਜਿਨ੍ਹਾਂ ਨੇ ਸਾਨੂੰ ਦਾਨ ਦਿੱਤਾ ਅਸੀਂ ਜਿੰਨਾ ਵੀ ਸਤਿਕਾਰ ਵੱਧ ਤੋਂ ਵੱਧ ਹੋ ਜੇ ਆਪ ਦੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਕੋਈ ਵੀ ਆਦਮੀ ਨਾਰਾਜ਼ ਨਾ ਹੋਵੇ ਵੱਧ ਤੋਂ ਵੱਧ ਸਤਿਕਾਰ ਕਰੀਏ। ਜੇ ਕੋਈ ਸਾਡੇ ਕੋਲੋਂ ਗਲਤੀ ਹੁੰਦੀ ਆ ਜਾਂ ਕਿਸੇ ਵੀ ਆਦਮੀ ਦਾ ਸਨਮਾਨ ਚਿੰਨ੍ਹ ਰਹਿੰਦਾ ਹੈ ਭੁੱਲ ਭੁਲੇਖਾ ਹੋ ਸਕਦਾ ਹੈ ਤਾਂ ਸਾਨੂੰ ਦੱਸ ਕੇ ਆਪਣਾ ਸਨਮਾਨ ਚਿੰਨ੍ਹ ਪ੍ਰਾਪਤ ਕਰ ਸਕਦੇ ਆ। ਕੋਟ ਕਰੋੜ ਤੇ ਧੂੜ ਕੋਟ ਰਣਸੀ ਲਾਓ ਕੋਟ ਕਰੋੜੀਆ ਸੋਨੇ ਦੇਖਦੇ ਵੀ ਸਤਨਾਮ ਸਿੰਘ ਪੂਰਾ ਨਾਂ ਕਬੱਡੀ ਜਗਤ ਵਿੱਚ ਸੋਨੀ ਦੇ ਨਾਂ ਨਾਲ ਮਸ਼ਹੂਰ ਹੋਇਆ ਖਿਡਾਰੀ ਦੇਖਦੇ ਵੀ ਨੌਜਵਾਨ ਧਾਵੀ ਸਾਹਮਣੇ ਕਬੱਡੀ 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 ਕਰਦਾ ਹੋਇਆ ਵਾਹ ਗੱਭਰੂਆ ਫੁੱਲਾਂ ਉੱਤੇ ਪੌਰੇ ਨੱਚਣ ਬੱਦਲ ਵਿੱਚ ਅਸਮਾਨਾ ਕੁੜੀਆਂ ਇਕੱਠੀਆਂ ਹੋਣ ਤਰਿੰਜਨ ਗੱਭਰੂ ਵਿੱਚ ਮਦਾਨਾ ਗੱਭਰੂ ਅੰਗ ਚਪਟਾਂ ਦੇਖਦੇ ਵੀ ਚਾਰ ਜਾਪੀ ਨੇ ਧੂੜ ਕੋਟ ਰਣਸੀ ਪਿੰਡ ਦੇ ਕੋਟ ਕੋੜੀਆ ਸੋਨੀ ਨਾ ਦੂਸਰੇ ਪਾਸੇ ਇੱਕ ਦੇ ਜ਼ੋਰ ਨਾਲ ਜੱਪਾ ਮਾਰਨ ਵਾਲੀ ਗੱਲ ਦੇਖਦੇ ਵੀ ਜਾਪੀ ਦੱਕਣ। ਹਾਂਜੀ ਹੈਲੋ ਸਾਡੇ ਕੋਲੋਂ ਸਨਮਾਨ ਚਿੰਨ੍ਹ ਪ੍ਰਾਪਤ ਕਰ ਰਹੇ ਨੇ ਕਰਮ ਸਿੰਘ ਮੈਂਬਰ ਦਾ ਲੜਕਾ ਉਹਨੂੰ ਸਾਡੇ ਕਮੇਟੀ ਮੈਂਬਰ ਸਨਮਾਨਿਤ ਕਰ ਰਹੇ ਨੇ ਇਹਨਾਂ ਪਰਿਵਾਰ ਵੱਲੋਂ 3100 ਰੁਪਇਆ ਆਇਆ। ਨਾਲ ਹੀ ਮਾਲਾ ਹੁਸ਼ਿਆਰਪੁਰ ਮਾਲਾ ਹੁਸ਼ਿਆਰਪੁਰ ਟੀਮ ਕੋਈ ਐਂਟਰ ਕਰਵਾ ਕੇ ਗਏ ਆ ਉਹਨਾਂ ਦਾ ਕੋਈ ਵੀ ਖਿਡਾਰੀ ਸਾਨੂੰ ਸਟੇਜ ਤੇ ਆ ਕੇ ਸਾਡੇ ਨਾਲ ਸੰਪਰਕ ਕਰੇ ਮਾਲਾ ਹੁਸ਼ਿਆਰਪੁਰ ਟੀਮ ਦਾ ਨਾਂ ਹੀਰਾ ਗਲੀ ਵਾਲਾ ਕਲੀ ਪਾ ਦੇਵੇ ਮੇਰਾ ਵੀਰ ਜਿੱਥੇ ਵੀ ਆਵਾਜ਼ ਸੁਣਦਾ ਹੈ ਹੀਰਾ ਗਲੀ ਵਾਲਾ ਲਾ ਕੋਟ ਕੋੜੀਆ ਜਾਪੀ ਨੌਜਵਾਨ ਤੇ ਪੁਆਇੰਟ ਜਿਹੜਾ ਤਾਵੀ ਦੇ ਹਿੱਸੇ ਫਿਰ ਧੂੜਕੋਟ ਰਣਸੀ ਦੇ ਖਾਤੇ ਜੁੜ ਚੁੱਕਿਆ ਹੈ। ਬੱਬੂ ਵਾਹ ਸ਼ਕੀਨਾ ਖਾਰੇ ਪਿੰਡ ਦਾ ਬੱਬੂ ਮੇਰੇ ਵੀਰੋ ਕੋਟ ਕਰੋੜ ਦੇ ਲਈ ਗਲੇਰੀ ਕਬੱਡੀ ਦੇਖਦੇ ਵੀ ਲਾਲ ਰੰਗ ਦੀ ਪੱਟੀ ਤੇ ਚਾਰ ਜਾਪੀਆਂ ਤੇ ਬੋਲਿਆ ਹੈ ਧਾਵਾ ਨਹੀਂ ਰਿੱਸਾਂ ਦੇਖਦੇ ਵੀ ਨੌਜਵਾਨ ਕਿਹੜਾ ਨੌਜਵਾਨ ਜਾਪੀ ਡੱਕ ਕੇ ਦਿਖਾਵੇਗਾ ਖੇਡਾਂ ਵਿੱਚੋਂ ਖੇਡ ਕਬੱਡੀ ਜਿੰਦ ਜਾਨ ਪੰਜਾਬੀਆਂ ਦੀ ਇਸੇ ਵਿੱਚ ਹੀ ਵਸਦੀ ਲੋਕੋ ਜਾਨ ਪੰਜਾਬੀਆਂ ਦੀ ਵਿੱਚ ਮੈਦਾਨ ਤੇ ਪਿੰਡਾਂ ਹੁੰਦਾ ਕੰਮ ਦਲੇਰਾਂ ਦਾ ਖੇਡ ਕਬੱਡੀ ਖੇਡਣਾ ਸ਼ੌਕ ਪੰਜਾਬੀ ਸ਼ੇਰਾਂ ਦਾ ਮੁਕਾਬਲਾ ਦੋਹੋਂ ਖਿਡਾਰੀਆਂ ਦਾ ਹਰ ਜੋ ਦੇਖਦੇ ਵੀ ਨੌਜਵਾਨ ਧਾਵੀ ਦਾ ਤੇ 30 ਸਕਿੰਟਾਂ ਦਾ ਜਿਹੜਾ ਫੈਸਲਾ ਹੈ ਇਹ ਜਾਪੀਆਂ ਦੇ ਹਿੱਸੇ ਫੈਸਲਾ ਹੋ ਚੁੱਕਿਆ ਹੈ। ਅਗਲਾ ਮੁਕਾਬਲਾ ਹੋਵੇਗਾ ਬਾਬਾ ਹਰੀਦਾਸ ਕਲੱਬ ਤਲਵੰਡੀ ਭਾਈ ਤੇ ਭਾਗਪੁਰ ਗੰਗੜਾ ਇਹ ਟੀਮਾਂ ਤਿਆਰੀ ਖਿੱਚ ਲੈਣ। ਸਾਰੀਆਂ ਟੀਮਾਂ ਵਾਲੇ ਨੋਟ ਕਰ ਲੈਣ ਬਾਈ ਜੀ ਲਿੰਕ ਸਿਸਟਮ ਦੇ ਆਧਾਰ ਤੇ ਜੋ ਓਪਨ ਦੇ ਮੈਚ ਖੇਡੇ ਜਾ ਰਹੇ ਨੇ
लिंक सिस्टम दे मुकाबले दे जिहड़ा फैसला होवेगा तुहाडा लाओ कोट कोट पिंड दे चार जाफी मेरे वीरो धूड़कोट रणसी वालों बोलिया धावा बिंदर मड़खाना जाफी कोट कोट दी धरती दा मुख्तार सर मिट्टी दा पिंड नौजवान डक्कन दी पूरी कोशिश करदा होया हो गया मुकाबला दोहां खिलाड़ियां दा लाओ डाटे जोर दीआं गल्लां वाश किन्ना अज मेहनतम सख्तां दे मुल पैंदे ने और पॉइंट नौजवान धूड़कोट वाले इस तावी दे खाते जुड़ चुके है जिम्मी ते गैरी कनेडा वाले पांच पांच हजार रुपया बेस्ट रेटर ते बेस्ट जाफी नूं विशेष तौर ते सम्मान दिता जाएगा। ठीक है जी सारियां टीमां वाले प्लेयर नोट कर लैन लिंक सिस्टम दे मुताबिक जे धावी बाहर निकल गया तो जाफी नूं बाहर ही खिंच के ले जा सकता है पॉइंट भी वापस उन्होंने मिलेगा। ये टीम वाले सारे खिलाड़ी नोट कर लेन वो खिलाड़ी पॉइंट कॉमन कर सकता है पर उस टीम नो पॉइंट नहीं उस ताबीन दिता जाएगा। ये सारे टीम वाले मेरे वीर नोट कर लो ताजो तुहाडा रौले रप्पे तो बिना ये मुकाबले करवाए जान। बाबा हरिदास क्लब तलवंडी भाई ते भागपुर तगड़ा ये टीम का अगला मैच होगा। खिलाड़ी बिल्कुल तैयार पर तैयार रहन लो सामने फिर देखते भी नौजवान धावी धूड़कोट रणसी पिंड का कोट कोड़ी चार जाफी पुन्याले दा संदेप खुच भर गया है ते फैसला जिहड़ा डबल टच दा हो गया है वी नौजवान पॉइंट इस वक्त धूड़कोट रणसी दे हिस्से जुड़ चुके हैं। भागपुर कगड़ा ते तलवंडी भाई अगले मैच लई टीमां ग्राउंड च आ जाण। धूड़कोट रणसी दी टीम जेतू रही है जी धूड़कोट रणसी इस मैच दे विचों जेतू रहे ने बाबा हरिदास क्लब तलवंडी भाई ते भागपुर कगड़ा ये टीम सेंटर लाइन ते आके अपना मुकाबला शुरू करन। अगले मैच लई रज्जी वाला ते माड़ी मुस्तफा ये दोहो टीम दे खिलाड़ी वेटर काउंटर ते आके रुक जाण। रज्जी वाला ते माड़ी मुस्तफा और उस तो अगे बाबा देसराज क्लब डेमरू खुरद ते मटवाणी ये भी टीम तैयारी कर लो टी शर्ट सारे खिलाड़ी बाहर ला के रख के आउण भाई कोई भी प्लेयर टी शर्ट पा के ना ग्राउंड दे विच आवे टी शर्ट बाहर रख दे। गुरजीत लंगियाणिया ते फौजी साडे दोवें रैफरी ग्राउंड च आ जाण। गुरजीत ते फौजी मेरा वीर अगला मैच बाबा हरिदास क्लब तलवंडी भाई ते भागपुर गगड़ा टीमां दोहो पहुंच चुकियां ने उस तो अगे रज्जी वाला ते माड़ी मुस्तफा बाबा देसराज क्लब डेमरू खुर ते मटवाणी माला कलां ते डगरू वरे ते दद्दा हूर ये सारियां टीमां तैयारी कर लैण। साढ़े दस ग्यारह पॉइंटां दा जिहड़ा ये मैच तलवंडी भाई ते भागपुर गगड़े दा होवेगा साढ़े दस ग्यारह पॉइंट वड्डियां जिम्मेवारियां ने साढ़े सारे विशेष तौर पर धन्यवाद सारे प्रबंधक वीरां दा लाइनमैन लग जाण साढ़े दोहों रैफरी जी आके गुरजीत लंगियाणा ते फौजी भैणी वाला जल्दी तो जल्दी ग्राउंड दे विच आ जाण जिथे भी मेरे वीर आवाज सुनदे ने। हैलो असीं खिडारी वीरां नूं बेनती करदे आं कि माला हुशियारपुर जिले च कोई पैंदा 200 रुपया साढ़े कोल एंट्री फीस जमा करा गए आ ते उन्हां दा कोई भी खिडारी आ स्टेज ते आ के साढ़े नाल संपर्क करे माला हुशियारपुर जिले दे विच कोई पिंड पैंदा 200 रुपया एंट्री फीस साढ़े कोल जमा करा गए आ जिन्ना चिर टीम का क्लीयर नहीं हुंदा उन्ना चिर असीं टीम लिस्ट दे विच नहीं पाउणी उन्हां दा कोई भी खिडारी साडी आवाज सुणदा तां साडे कोल स्टेज ते आ के संपर्क करे। हैलो पाला पाला सिंह प्रीत सिंह का लड़का ओहदा मोबाइल ते गया जे किसे नूं मिलिया तां उहनूं पहुंचदा कर दे। भागपुर गगड़ा ते बाबा हरिदास क्लब तलवंडी भाई ये दोहो टीमां दा जिहड़ा मैच है वो खेड ग्राउंड दे विच शुरू करवाया जा रहा है। माड़ी मुस्तफा ते रज्जी वाला अगले मैच दीआं टीमां तैयारी कीती लैण। साडे आए होए सारे सज्जन मित्र बहुत ही सत्कारयोग हस्तियां असीं सब दा स्पोर्ट्स क्लब वल्लों फिर धन्नवाद करदे आं। सरदार जुगराज सिंह जी माले वाले साडे गेयर प्रमोटर विशेष तौर ते पुज्जे ने बहुत बहुत धन्नवाद। बाबा हरिदास क्लब तलवंडी भाई की टीम स्कूल वाली साइड तलवंडी भाई स्कूल वाली साइड चले गए ने ते दूसरे पासे देखदे भी
टीम होगी भागपुर गगड़े की। साढ़े दस ठीक है जी। अगले मैचां दे विच मास्टर जी कहिंदे वी जे किसे प्लेयर दे वैक्सीन लगी होई असी उस रेडर नूं पट्टी नहीं पाउण देनी, बाहर बैठना पवेगा, बिल्कुल टीम इतराज ना करे, सारे प्लेयर ध्यान देण, कोई भी खिडारी वैक्सीन ला के ना आवे। लाओ गोलू भागपुर गगड़े दी टीम दा देखदे वी पहली कबड्डी। दूसरे पासे तलवंडी भाई ते चार जाफी ने नवदीप डीसी ते पेंडू इत्थे ते लाले होने दा वड्डा नौ मेरे वीरो देखदे वी सामने तलवंडी भाई ते भागपुर गगड़ा मैच होणगे टिकाणे मुंडे आउणगे पता लग जो किन्ना क डूंघा पाणी आ कुंडियां दे सिंह फस गए कोई नित्रू बणेवे खाणे। लाओ तलवंडी भाई दी टीम दा जाफी और पॉइंट जिहड़ा है इस वक्त गोलू भागपुर गगड़े दी टीम दे हिस्से जोड़दा होया गगड़ा ते दूसरे पासे देखदे वी तलवंडी भाई मनु अगली कबड्डी दे लई देखदे वी बाबा देसराज क्लब डेमरू ते मटवाणी ए वी टीमां अपनियां गड्डियां कोल तैयारियां खिंच लो। रज्जी वाला ते माड़ी मुस्तफा इस तों अगले मैच दे खिडारी वेटिंग रूम दे विच आ के बैठ जाण। लाओ सिंह सरदार धावी मेरे वीरो देखदे वी साधा वाले पिंड दा मनप्रीत मनु ते दूसरे पासे हल्का जिहा टच करके पॉइंट असत धावी दे हिस्से जुड़दा होया पॉइंट तलवंडी भाई दे टीम दे हिस्से जुड़दा होया। लखा धर्मकोटिया बाह गभरूआ गभरू देश मेरे दे सोहणे चौड़ियां हिंदा ते मनमोहणे खेडण जदों विच मैदानां दे आ देखण वाले हुंदे दोस्तों यार जवानां दे धर्मकोटिया लखा ते तलवंडी भाई खेतीबाड़ी दे संदां दा मशहूर कस्बा है कबड्डी खिडारियां दी धरती और पॉइंट जिहड़ा नौजवान ते धर्मकोटिए लखे दे खाते जुड़दा होया लाइव पंजाब कबड्डी .com one.com वाले साडे वीर जिन्हां दा देशां विदेशां दे विच वी सीधा प्रसारण चल रिहा है। लाओ दूसरे पासे रमन देखदे वी नौजवान जाफी भागपुर गगड़े दी टीम दा वाह गभरूआ नहीं रिसां और पॉइंट तलवंडी भाई दे हिस्से जुड़ गया है। चल भी गोल पाक वड्डी जसवंत सिंह फौजी जिथे गगड़े दा उहदा देखदे वी वड्डा नौ है गगड़े वाले धन्ने होणी साडे वीर उसे नगर दी टीम। लाओ गोलू देखदे वी गगड़े पिंड दा जसवंत सिंह फौजी दे घर दा वारस मेरे वीरो सामने कबड्डी 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 करदा होया चार जाफी ने तलवंडी भाई दे इहदा रंग संदूरी है ए गोरी चिट्टी है इहनू मैली ना करियो ए मेरे पंजाब दी मिट्टी है देखदे वी तलवंडी भाई दी टीम दा जाफी डकन दी कोशिश कर रिहा है पर पॉइंट जिहड़ा ए गोलू भागपुर दी टीम दे गगड़े दे हिस्से जुड़दा होया। अगला मुकाबला रज्जी वाला ते माड़ी मुस्तफा टीमां तैयारी खिंच लैण रज्जी वाला ते माड़ी मुस्तफा देखदे वी बड़ियां ही साडे इस इलाके दीआं मानजोग हस्तियां ने खूबसूरत मुकाबलिआं दे नाल जुड़े साडे सारे खेड प्रेमी मेरे वीर। लो सामने फिर सिंह सरदार तिखी तलवार ने सानू जन्म दित्ता गुण दी मिली है खंडे दी धार विचों साधक सिद्ध ते सिर दस्तार सोही साडा वखरा ही रूप संसार विचों बंद बंद कटवाए पर सीनी कीती लखां होणियां वी साथों हारियां ने सानू एवें नहीं लोक सरदार कहिंदे बई सिर दे के लईआं सरदारियां ने पॉइंट गगड़े दी टीम दे हिस्से जुड़ चुके है। चल वी धर्मकोट जी पाक कबड्डी लखा अगलेरी कबड्डी पाउंदा होया देखदे वी शीशे अगे छाती नूं हरेक तणदा है घर विच दारा सिओ हरेक बणदा है जदों पैंदा है मैदान विच वाह जोधिया ते फिर लैंदे ने पगाने पुत ढा जोधिया चाहदी फलाद जिही हड्डी लंघे आणियां सौखी नहीं ओ खेडनी कबड्डी लंघे आणियां सौखी नहीं ओ खेडनी कबड्डी लंघे आणियां पॉइंट भागपुर गगड़े दी टीम दे हिस्से लखे दे हिस्से जुड़दा होया। तलवंडी भाई एक एक जप्पा एक एक कबड्डी दोहो टीमां दे लई बड़ी कीमती होवेगी। लो सामने फिर तलवंडी भाई दी धरती दा ਧਾਵੀ ਜਿੱਥੋਂ ਦੇ ਲਾਲੇ ਵਰਗੇ ਮਸ਼ਹੂਰ ਰਹੇ ਨੇ ਆਪਣੇ ਸਮੇਂ ਦੇ ਤਕੜੇ ਖਿਡਾਰੀ ਹੋਏ ਨੇ ਨੋ ਹਲਕਾ ਜਿਹਾ ਟੱਚ ਕਰਕੇ ਪੁਆਇੰਟ ਜਿਹੜਾ ਇਹ ਤਲਵੰਡੀ ਪਾਈ ਦੇ ਹਿੱਸੇ ਜੁੜ ਚੁੱਕਿਆ। ਹਾਂਜੀ ਪਾਲਾ ਸਿੰਘ ਦਾ ਮੋਬਾਈਲ ਗੁੰਮ ਹੋ ਗਿਆ ਜੇ ਕਿਸੇ ਨੂੰ ਮਿਲਿਆ ਤਾਂ ਪਾਲਾ ਸਿੰਘ ਨੂੰ ਮੋਬਾਈਲ ਨਾ ਪਹੁੰਚਦਾ ਕਰ ਦੇਵੇ 500 ਰੁਪਇਆ ਨਾਮ ਦੇਊਗਾ ਉਹ ਜੇ ਕੋਈ ਮੋਬਾਈਲ ਦੇ ਕੇ ਜਾਂਦਾ ਤੂੰ ਗੋਲੂ ਗਗੜੇ ਪਿੰਡ ਦਾ ਦੇਖੋ ਵੀ ਜਿੱਥੋਂ ਦੇ ਸਾਡੇ ਤਕੜੇ ਖਿਡਾਰੀ ਨੇ ਜਸ ਗਗੜੇ ਵਾਲਾ ਔਰ ਧੰਨੇ ਵਰਗੇ ਉਸ ਧਰਤੀ ਦੇ ਨੌਜਵਾਨ ਤਾਵੀ ਗੋਲੂ ਕੁਜਨ ਰਹਿਸਤੇ ਤੇ ਵੀ ਗਗੜੇ ਪਿੰਡ ਦੇ ਧਰਤੀ ਦਾ ਕਬੱਡੀ ਪਾ ਰਿਹਾ ਹੈ। ਦੂਸਰੇ ਪਾਸੇ ਕੀ ਫੈਸਲਾ ਬੂਟਾ ਸਿੰਘ ਅਗਲਾ ਮੈਚ ਰੱਜੀ ਵਾਲਾ ਤੇ ਮਾੜੀ ਮੁਸਤਫਾ ਇਹ ਦੋਹੋ ਟੀਮਾਂ ਤਿਆਰੀ ਖਿੱਚ ਲੈਣ ਰੱਜੀ ਵਾਲਾ ਤੇ ਮਾੜੀ ਮੁਸਤਫਾ ਹੀਰਾ ਕਲੀ ਵਾਲਾ ਕਲੀ ਪਾਵੇ ਬਈ ਹੀਰਾ ਕਲੀ ਵਾਲਾ ਕਲੀ ਪਾ ਦੇਵੇ ਢੇਰੀਆਂ ਤੇ ਵੀ ਮੇਰਾ ਵੀਰ ਜਿੱਥੇ ਆਵਾਜ਼ ਸੁਣਦਾ ਹੈ ਬਾਬਾ ਦੇਸਰਾਜ ਕਲੱਬ ਡੇਮਰੂ ਖੁਰਦ ਤੇ ਮਟਵਾਣੀ ਟੀਮਾਂ ਤਿਆਰ ਕਿਤ ਲੈਣ ਮਾਲਾ ਕਲਾਂ ਤੇ ਡਗਰੂ ਇਹ ਵੀ ਬਿਲਕੁਲ ਤਿਆਰ ਰਹਿਣ ਟੀਮਾਂ
ਦੱਦਾ ਹੂਰ ਤੇ ਵਰੇ ਡੋਲੀ ਭਾਈ ਏ ਤੇ ਕੋਲੀਆ ਖੁਰਦ ਇਹ ਸਾਰੀਆਂ ਟੀਮਾਂ ਤਿਆਰੀ ਕੀਤੀ ਲੈਣ ਮੇਰੇ ਵੀਰ ਲਓ ਸਾਹਮਣੇ ਫਿਰ ਦੇਖਦੇ ਵੀ ਤਲਵੰਡੀ ਭਾਈ ਦੀ ਧਰਤੀ ਦਾ ਇਹ ਨੌਜਵਾਨ ਧਾਵੀ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਚੁੱਕਿਆ ਹੈ ਸਰਦਾਰ ਜੁਗਰਾਜ ਸਿੰਘ ਜੀ ਮਾਲੇ ਵਾਲੇ ਸਾਡੇ ਬੜੇ ਸਤਿਕਾਰਯੋਗ ਵੀਰ ਨੇ ਛੇ ਤੌਰ ਤੇ ਪੁੱਜੇ ਸਾਡੇ ਖੇਡ ਪ੍ਰਮੋਟਰ ਐਡਮਿੰਟਨ ਵਾਲੇ ਜਿਨ੍ਹਾਂ ਨੇ ਵੱਡੇ ਮਾਨ ਦਿੱਤੇ ਨੇ ਸਾਡੇ ਇਸ ਮਾਲਵੇ ਦੇ ਖਿਡਾਰੀਆਂ ਨੂੰ ਦੇਖਦੇ ਵੀ ਦੇਸ਼ਾਂ ਵਿਦੇਸ਼ਾਂ ਦੇ ਖੇਡਣ ਦੇ ਲਓ ਸਾਹਮਣੇ ਫਿਰ ਧਰਮਕੋਟ ਜਾਂ ਲੱਖਾ ਫੜਿਆ ਗੁੱਟ ਗੁੱਟ ਨੂੰ ਫੜ ਕੇ ਸਿੱਖ ਲਾ ਮਿੱਤਰਾ ਪਕੜ ਬਣਾਉਣੀ ਲੱਤਾਂ ਦੀ ਮੁੰਡਿਓ ਡੰਡ ਬੈਠਕਾਂ ਲਾ ਲਓ ਕੌਡੀ ਬਣ ਗਈ ਲੱਖਾਂ ਦੀ ਮੁੰਡਿਓ ਡੰਡ ਬੈਠਕਾਂ ਮਾਰੋ ਕੌਡੀ ਬਣ ਗਈ ਲੱਖਾਂ ਦੀ ਲੱਖਾਂ ਲੱਖਾਂ ਰੁਪਏ ਦੀਆਂ ਕਬੱਡੀਆਂ ਮੇਰੇ ਵੀਰੋ ਅੱਜ ਸੰਤਾਂ ਮਹਾਂਪੁਰਸ਼ਾਂ ਦੀ ਯਾਦ ਵਿੱਚ ਲੱਗੀਆਂ ਰੌਣਕਾਂ ਬਹਾਰਾਂ ਨੇ ਔਰ ਮੈਂ ਰੱਜੀ ਵਾਲਾ ਤੇ ਮਾੜੀ ਮੁਸਤਫਾ ਇਹ ਟੀਮਾਂ ਤਿਆਰੀ ਕੀਤੇ ਲੈਣ ਅਗਲੇ ਮੈਚਾਂ ਲਈ ਮਾੜੀ ਮੁਸਤਫਾ ਤੇ ਰੱਜੀ ਵਾਲਾ ਦੋਹੋ ਟੀਮਾਂ ਦੇ ਖਿਡਾਰੀ ਵੇਟਿੰਗ ਰੂਮ ਦੇ ਵਿੱਚ ਆ ਕੇ ਰੁਕ ਜਾਣ ਬਾਬਾ ਦੇਸਰਾਜ ਕਲੱਬ ਡੇਮਰੂ ਖੁਰ ਤੇ ਮਟਵਾਣੀ ਡਗਰੂ ਤੇ ਮਾਲਾ ਕਲਾਂ ਇਹ ਟੀਮਾਂ ਬਿਲਕੁਲ ਤਿਆਰੀ ਦੇ ਵਿੱਚ ਰਹਿਣ ਗੋਲੂ ਭਾਗਪੁਰ ਕਗੜੇ ਦਾ ਅਗਲੇਰੀ ਕਬੱਡੀ ਬਾਰੇ ਸਾਡੇ ਕੋਲੇ ਕਮੈਂਟਰੀ ਕਰਨ ਵਾਸਤੇ ਆਉਣਾ ਲੋਪੋ ਵਾਲਾ ਪਹੁੰਚੇ ਨੇ ਅਸੀਂ ਇੱਥੇ ਪਹੁੰਚਣ ਤੇ ਟੂਰਨਾਮੈਂਟ ਕਮੇਟੀ ਵੱਲੋਂ ਧੰਨਵਾਦ ਕਰਦੇ ਹਾਂ ਨਾਲ ਹੀ ਪਰਮਜੀਤ ਕੌਰ ਮੈਂਬਰ ਜਨਰਲ ਕੌਂਸਲ ਇਸਤਰੀ ਬੈਂਕ ਪੰਜਾਬ ਉਹ ਵੀ ਸਾਡੇ ਕੋਲ ਪਹੁੰਚੇ ਨੇ ਉਸ ਪਰਿਵਾਰ ਵੱਲੋਂ ਸਾਡੀ ਟੂਰਨਾਮੈਂਟ ਕਮੇਟੀ ਵਾਸਤੇ 5000 ਰੁਪਇਆ ਆਇਆ ਅਸੀਂ ਇੱਥੇ ਪਹੁੰਚਣ ਤੇ ਧੰਨਵਾਦ ਕਰਦੇ ਹਾਂ ਰੱਜੀ ਵਾਲਾ ਤੇ ਮਾੜੀ ਮੁਸਤਫਾ ਇਹਨਾਂ ਦੋਹੋਂ ਟੀਮਾਂ ਦਾ ਜਿਹੜਾ ਅਗਲਾ ਮੁਕਾਬਲਾ ਹੋਵੇਗਾ ਖਿਡਾਰੀ ਤਿਆਰੀ ਕੀਤੀ ਲੈਣ ਲਓ ਤਲਵੰਡੀ ਭਾਈ ਵੱਲੋਂ ਫਿਰ ਬੋਲਿਆ ਧਾਵਾ ਤੇ ਸਾਰਾ ਟੱਬਰ ਟੁੱਟ ਕੇ ਪੈ ਗਿਆ ਦੋ ਮਿੰਟ ਹਾਂਜੀ ਸਰ ਹੈਲੋ ਸਾਡੇ ਦਰਮਿਆਨ ਪਰਮਜੀਤ ਕੌਰ ਮੈਂਬਰ ਜਨਰਲ ਕੌਂਸਲ ਇਸਤਰੀ ਬੈਂਕ ਪੰਜਾਬ ਉਹ ਪਹੁੰਚੇ ਨੇ ਉਹਨਾਂ ਨੂੰ ਸਨਮਾਨਿਤ ਕਰ ਰਹੇ ਨੇ ਸਾਡੇ ਕਮੇਟੀ ਮੈਂਬਰ ਦਵਿੰਦਰ ਸਿੰਘ ਮਾਸਟਰ ਰਾਮ ਸਿੰਘ ਪ੍ਰਧਾਨ ਕਸ਼ਮੀਰ ਸਿੰਘ ਚੰਦ ਸਿੰਘ ਇਸ ਪਰਿਵਾਰ ਵੱਲੋਂ 5000 ਰੁਪਇਆ ਆਇਆ ਅਸੀਂ ਦਾਨ ਕਰਨ ਲਈ ਇਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਇੱਥੇ ਪਹੁੰਚਣ ਤੇ ਵੀ ਧੰਨਵਾਦ ਕਰਦੇ ਹਾਂ ਪਰਮਜੀਤ ਕੌਰ ਮੈਂਬਰ ਜਨਰਲ ਕੌਂਸਲ ਇਸਤਰੀ ਬੈਂਕ ਪੰਜਾਬ ਰੱਜੀ ਵਾਲਾ ਤੇ ਅਗਲਾ ਮੁਕਾਬਲਾ ਜਿਹੜਾ ਮਾੜੀ ਮੁਸਤਫਾ ਟੀਮਾਂ ਦਾ ਹੈ ਇਹ ਦੋਹੋਂ ਟੀਮਾਂ ਦੇ ਖਿਡਾਰੀ ਬਿਲਕੁਲ ਤਿਆਰੀ ਦੇ ਵਿੱਚ ਰਹਿਣ ਮਾੜੀ ਮੁਸਤਫਾ ਤੇ ਰੱਜੀ ਵਾਲਾ ਅਗਲੇ ਮੈਚ ਲਈ ਬਾਬਾ ਦੇਸਰਾਜ ਕਲੱਬ ਡੇਮਰੂ ਤੇ ਮਟਵਾਣੀ ਇਹ ਵੀ ਤਿਆਰੀਆਂ ਖਿੱਚੋ ਹੈਲੋ ਸਾਡੇ ਪਾਸ ਜੀਤਾ ਕੈਨੇਡਾ ਚੰਦ USA ਪਹੁੰਚੇ ਆ ਉਹਨਾਂ ਨੂੰ ਇੱਥੇ ਪਹੁੰਚਣ ਤੇ ਅਸੀਂ ਟੂਰਨਾਮੈਂਟ ਕਮੇਟੀ ਵੱਲੋਂ ਧੰਨਵਾਦ ਕਰਦੇ ਹਾਂ ਨਾਲ ਹੀ ਅਸੀਂ ਰਾਣੀ ਸੱਜਣਾ ਨੂੰ ਵਾਰ ਵਾਰ ਬੇਨਤੀ ਕਰਦੇ ਹਾਂ ਕਿ ਜਿਨ੍ਹਾਂ ਨੇ ਦਿਲ ਖੋਲ੍ਹ ਕੇ ਸਾਨੂੰ ਦਾਨ ਦਿੱਤਾ 1000 ਰੁਪਏ ਤੋਂ ਉੱਪਰ ਉਹਨਾਂ ਵਾਸਤੇ ਅਸੀਂ ਕੁਰਸੀਆਂ ਦਾ ਪ੍ਰਬੰਧ ਕੀਤਾ ਕੁਰਸੀਆਂ ਤੇ ਆਣ ਕੇ ਬੈਠ ਜਾਣ ਬਾਬਾ ਦੇਸਰਾਜ ਕਲੱਬ ਡੇਮਰੂ ਖੁਰ ਤੇ ਮਟਵਾਣੀ ਇਹ ਵੀ ਦੋਹੋਂ ਟੀਮਾਂ ਤਿਆਰੀਆਂ ਖਿੱਚ ਲੈਣ ਮਾਲਾ ਕਲਾਂ ਤੇ ਡਗਰੂ ਦੱਦਾ ਹੂਰ ਤੇ ਵਰੇ ਡੋਲੀ ਭਾਈ ਏ ਤੇ ਕੋਲੀਆ ਖੁਰਦ ਰੰਡਿਆਲਾ ਤੇ ਭੇਖਾ ਆਜ਼ਾਦ ਕਬੱਡੀ ਕਲੱਬ ਕਲਕਲਾ ਤੇ ਮਾਣੂ ਕੇ ਗਿੱਲ ਏ ਵਕੀਲਾਂ ਵਾਲਾ ਤੇ ਟੁੱਡੀ ਡੋਲੀ ਭਾਈ ਬੀ ਤੇ ਸ਼ੂਸ਼ਕ ਬਾਬਾ ਰੁਖੜਦਾਸ ਕਲੱਬ ਭਲੂਰ ਤੇ ਸਨੇਰ ਪੜਾਣਾ ਤੇ ਸਾਫੂ ਵਾਲਾ ਇਹ ਸਾਰੀਆਂ ਟੀਮਾਂ ਤਿਆਰੀਆਂ ਖਿੱਚ ਲਓ ਮੇਰੇ ਵੀਰ ਅਗਲੇ ਮੈਚਾਂ ਦੇ ਲਈ ਤਲਵੰਡੀ ਭਾਈ ਠੀਕ ਹੈ ਬਾਈ ਤਲਵੰਡੀ ਭਾਈ ਜੇਤੂ ਰਹੇ ਜੀ ਤਲਵੰਡੀ ਭਾਈ ਜੇਤੂ ਰਹੇ ਨੇ ਪਹਿਲੇ ਮੈਚ ਦੇ ਵਿੱਚੋਂ ਹੁਣ ਮੁਕਾਬਲਾ ਹੋਵੇਗਾ ਰੱਜੀ ਵਾਲਾ ਤੇ ਮਾੜੀ ਮੁਸਤਫਾ ਦੀਆਂ ਟੀਮਾਂ ਦਾ ਇਹਨਾਂ ਦੋਹਾਂ ਟੀਮਾਂ ਦਾ ਜਿਹੜਾ ਮੁਕਾਬਲਾ ਸ਼ੁਰੂ ਕਰਵਾਇਆ ਜਾ ਰਿਹਾ ਹੈ ਬਾਬਾ ਦੇਸਰਾਜ ਕਲੱਬ ਡੇਮਰੂ ਖੁਰਦ ਤੇ ਮਟਵਾਣੀ ਇਹ ਟੀਮਾਂ ਬਿਲਕੁਲ ਤਿਆਰੀ ਖਿੱਚ ਲੈਣ ਅਗਲੇ ਮੈਚਾਂ ਲਈ ਦੇਸਰਾਜ ਕਲੱਬ ਡੇਮਰੂ ਖੁਰਦ ਤੇ ਮਟਵਾਣੀ ਡਗਰੂ ਤੇ ਮਾਲਾ ਕਲਾਂ ਇਹਨਾਂ ਟੀਮਾਂ ਦਾ ਇਸ ਤੋਂ ਅਗਲਾ ਮੈਚ ਹੋਵੇਗਾ
ਵਰੇ ਤੇ ਦੱਦਾ ਹੋਰ ਰੋਲੇ ਭਾਈ ਕੇ ਤੇ ਕੋਲੀਆ ਖੁਰਦ ਇਹ ਸਾਰੀਆਂ ਟੀਮਾਂ ਤਿਆਰੀ ਦੇ ਵਿੱਚ ਰਹਿਣ। ਮਾੜੀ ਮੁਸਤਫਾ ਦੀ ਟੀਮ ਖੇਤਾਂ ਵਾਲੀ ਸਾਈਡ ਹੈ। ਲਿੰਕ ਸਿਸਟਮ ਦੀ ਸਾਰੇ ਖਿਡਾਰੀ ਨੋਟ ਕਰ ਲੈਣ, ਸਾਡੇ ਅੰਪਾਇਰਾਂ ਵੱਲੋਂ ਪ੍ਰਬੰਧਕਾਂ ਵੱਲੋਂ ਵੀ ਬੇਨਤੀ ਹੈ ਵੀ ਲਿੰਕ ਸਿਸਟਮ ਦੇ ਨਾਲ ਹੀ ਜਿਹੜਾ ਤੁਹਾਡਾ ਫੈਸਲਾ ਹੋਵੇਗਾ ਇਹਨਾਂ ਮੈਚਾਂ ਦਾ, ਕੋਈ ਵੀ ਖਿਡਾਰੀ ਰੌਲੇ ਰੱਪੇ ਵਾਲੀ ਗੱਲ ਕੋਸ਼ਿਸ਼ ਨਾ ਕਰੇ। ਮਾੜੀ ਮੁਸਤਫਾ ਸਾਰੇ ਖਿਡਾਰੀ ਬਾਕਸਾਂ ਦੇ ਵਿੱਚ ਰੁਕਣ, ਮੇਰੇ ਵੀਰ ਬਾਕਸ 'ਚ ਖੜੋ ਜੀ, ਬਾਕਸਾਂ ਦੇ ਵਿੱਚ ਜਾ ਕੇ ਰੁਕ ਜਾਓ। ਜਿਹੜੇ ਸਪੇਅਰ ਖਿਡਾਰੀ ਨੇ ਲਓ, ਰੱਜੀ ਵਾਲੇ ਦੀ ਟੀਮ ਦਾ ਨੌਜਵਾਨ ਬੂਟਾ ਪੁਆਇੰਟ ਰੱਜੀ ਵਾਲੇ ਦੀ ਟੀਮ ਦੇ ਖਾਤੇ ਜੁੜ ਚੁੱਕਿਆ ਹੈ। ਰੱਜੀ ਵਾਲਾ ਤੇ ਮਾੜੀ ਮੁਸਤਫਾ ਇਹ ਦੋਹੋ ਟੀਮਾਂ ਦਾ ਜਿਹੜਾ ਮੁਕਾਬਲਾ ਐਸ ਐਫ ਖੇਡ ਗਰਾਊਂਡ ਦੇ ਵਿੱਚ ਕਰਵਾਇਆ ਜਾ ਰਿਹਾ ਹੈ, ਔਰ ਉਸ ਤੋਂ ਅੱਗੇ ਜਿਹੜਾ ਮੈਚ ਹੋਵੇਗਾ ਮਟਵਾਣੀ ਤੇ ਬਾਬਾ ਦੇਸ ਰਾਜ ਕਲੱਬ ਡੇਮਰੂ ਖੁਰਦ। ਟੀਮਾਂ ਜਲਦੀ ਤੋਂ ਜਲਦੀ ਵੇਟਿੰਗ ਰੂਮ ਦੇ ਵਿੱਚ ਆ ਕੇ ਰੁਕ ਜਾਣ। ਜਿਹੜੇ ਦੋਹੋ ਟੀਮਾਂ ਦੇ ਸਪੇਅਰ ਖਿਡਾਰੀ ਹੈ ਉਹ ਮੇਰੇ ਵੀਰ ਬਾਕਸਾਂ ਦੇ ਵਿੱਚ ਰੁਕੋ। ਸਾਡੇ ਓਪਨ ਟੀਮਾਂ ਦੇ ਬੈਸਟ ਰੇਡਰ ਤੇ ਬੈਸਟ ਜਾਪੀ ਨੂੰ ਜਿੰਮੀ ਤੇ ਗੈਰੀ ਵੱਲੋਂ 5,000 ਰੁਪਏ ਦੇ ਨਾਲ ਵਿਸ਼ੇਸ਼ ਜਿਹੜਾ ਸਨਮਾਨਿਤ ਕੀਤਾ ਜਾਵੇਗਾ। ਹਰਗੋਬਿੰਦਪੁਰ ਕਲੱਬ ਕੱਲ ਕਲਾਂ ਮੇਜਰ ਸਰ ਮਹਿਲਾ ਇਹ ਵੀ ਟੀਮਾਂ ਦਾ ਜਿਹੜਾ ਮੈਚ ਹੋਵੇਗਾ, ਖਿਡਾਰੀ ਨੋਟ ਕਰ ਲੈਣ। ਮੇਜਰ ਸਰ ਮਹਿਲਾ ਤੇ ਹਰਗੋਬਿੰਦ ਬਾਬਾ ਦੇਸਰਾਜ ਕਲੱਬ ਡੇਮਰੂ ਤੇ ਮਟਵਾਣੀ ਅਗਲੇ ਮੈਚਾਂ ਲਈ ਇਹ ਟੀਮਾਂ ਵੇਟਿੰਗ ਰੂਮ ਦੇ ਵਿੱਚ ਆ ਜਾਣ। ਜਿਹੜੇ ਸਾਡੇ ਖਿਡਾਰੀ ਅਗਲੇ ਮੈਚ ਲਈ ਬਾਬਾ ਦੇਸਰਾਜ ਕਲੱਬ ਡੇਮਰੂ ਖੁਰਦ ਤੇ ਮਟਵਾਣੀ ਲਓ ਸਾਹਮਣੇ ਦੇਖਦੇ ਵੀ ਨੌਜਵਾਨ ਧਾਵੀ ਇਸ ਵਕਤ ਕਬੱਡੀ ਪਾ ਰਿਹਾ ਹੈ। ਦੂਸਰੇ ਪਾਸੇ ਜਾਫੀ ਡੱਕਣ ਦੀ ਪੂਰੀ ਕੋਸ਼ਿਸ਼ ਕਰਦਾ ਹੋਇਆ ਉੱਡਦੀ ਹੋਈ ਮਾਂ ਮਿੱਟੀ ਦੀ ਤੋੜ ਤੇ ਪੁਆਇੰਟ ਨੌਜਵਾਨ ਤਾਵੀ ਦੇ ਹਿੱਸੇ ਜੁੜ ਚੁੱਕਿਆ ਹੈ। ਰੱਜੀ ਵਾਲਾ ਤੇ ਮਾੜੀ ਮੁਸਤਫਾ ਇਹ ਦੋਹੋ ਟੀਮਾਂ ਦਾ ਜਿਹੜਾ ਮੁਕਾਬਲਾ ਬੂਟਾ ਖੁੱਸੇ ਕੋਟਲੇ ਦੀ ਧਰਤੀ ਦਾ ਬੂਟਾ ਮੇਰੇ ਵੀਰੋ, ਜਿੱਥੇ ਜਿੰਦਰ ਪੈ ਵਰ ਕੇ ਜਿੱਤੇ ਹੋਣਾਂ ਦਾ ਵੱਡਾ ਇਤਿਹਾਸ ਕਬੱਡੀ ਦੇ ਵਿੱਚ। ਉਸ ਸਮੇਂ ਇਸ ਵਕਤ ਰੱਜੀ ਵਾਲੀ ਦੀ ਟੀਮ ਵੱਲੋਂ ਬੋਲਿਆ ਹੋਇਆ ਧਾਵਾ ਕਬੱਡੀ ਕਬੱਡੀ ਕਰਦਾ ਹੋਇਆ ਸ਼੍ਰੀਮਾਨ ਦਾ ਬੱਬਰ ਸ਼ੇਰ, ਸਬਰ ਸਿਰਖ ਤੋਂ ਡੋਲੀ ਨਾ ਤੂੰ ਸ਼ੇਰ ਪੰਜਾਬ ਦਿਆ, ਕਰ ਕਰ ਪਹੁੰਚੇ ਮਹਿਕ ਤੇਰੀ ਫੁੱਲ ਗੁਲਾਬ ਦਿਆ, ਮਿੱਟੀ ਚੁੱਕ ਚੁੱਕ ਮੱਥੇ ਨੂੰ ਲਾਉਣਗੇ ਤੇਰਿਆਂ ਰਾਵਾਂ ਦੀ, ਪੁੱਤ ਬਹਾਦਰ ਕੋ ਸਫਲ ਕਰ ਜਾਂਦੇ ਮਾਵਾਂ ਦੀ। ਜਿੰਦਰ ਮਾੜੀ ਮੁਸਤਫਾ ਦੀ ਧਰਤੀ ਦਾ ਜਿੱਥੋਂ ਦੇ ਸਿਕੰਦਰ ਦਾ ਵੱਡਾ ਨਾਂ ਹੈ ਕਬੱਡੀ ਦੇ ਖੇਤਰ ਦੇ ਵਿੱਚ, ਲਓ ਸਾਹਮਣੇ ਫੜਿਆ ਗੁੱਟ ਲੱਗਿਆ ਹੋਇਆ ਜ਼ੋਰ ਦੋਹਾਂ ਭਲਵਾਨਾਂ ਦਾ, ਦੇਖਦੇ ਵੀ ਤੀਆਂ ਸਕਿੰਟਾਂ ਦੇ ਵਿੱਚ ਇਹ ਫੈਸਲਾ ਹੋਵੇਗਾ ਕਬੱਡੀ ਦਾ ਇਸ ਮੁਕਾਬਲੇ ਦਾ। ਲਓ ਸਾਹਮਣੇ ਫਿਰ ਭੱਜਣ ਦੀ ਕੋਸ਼ਿਸ਼ ਕਰਦਾ ਹੋਇਆ ਬਾਓ ਗੱਭਰੂਆ, ਕਿੱਥੇ ਆ ਕੇ ਕਰਮਾ ਨੇ ਦਿੱਤੀ ਹਾਰ ਵੇ, ਘੜਿਆ ਚਨਾਚੋ ਮੈਨੂੰ ਲਾ ਦੇ ਪਾਰ ਵੇ, ਪੁਆਇੰਟ ਨੌਜਵਾਨ ਜਾਫੀ ਦੇ ਹਿੱਸੇ ਜੁੜਦਾ ਹੋਇਆ। ਅਗਲਾ ਮੁਕਾਬਲਾ ਮਟਵਾਣੀ ਤੇ ਡੇਮਰੂ ਖੁਰਦ, ਟੀਮਾਂ ਤਿਆਰੀ ਕਰ ਲਓ ਮੇਰੇ ਵੀਰ, ਮਟਵਾਣੀ ਤੇ ਡੇਮਰੂ ਖੁਰਦ, ਡਗਰੂ ਤੇ ਮਾਲਾ ਕਲਾਂ ਟੀਮਾਂ ਬਿਲਕੁਲ ਤਿਆਰ ਰਹਿਣ ਅਗਲੇ ਮੈਚਾਂ ਲਈ। ਮਟਵਾਣੀ ਤੇ ਡੇਮਰੂ ਖੁਰਦ ਦਾ ਅਗਲਾ ਮੁਕਾਬਲਾ ਹੋਵੇਗਾ। ਲਓ ਮਾੜੀ ਮੁਸਤਫਾ ਦੀ ਟੀਮ ਦੇ ਚਾਰ ਜਾਫੀ ਨੇ ਚੌਹਾਂ ਦੀ ਕੁੰਦੀ ਹੋਈ ਚੈਣ, ਕਿਹੜਾ ਮਾਰੂ ਧੌਲ ਕਿਹੜਾ ਗੁੱਟ ਫੜਦਾ ਬਈ, ਕਿਹੜਾ ਲਾਉ ਕੰਚੀ ਕਿਹੜਾ ਪੱਟ ਭਰਦਾ, ਤਕੜਾ ਉਹ ਧਾਵੀ ਜਿਹੜਾ ਲੈ ਜੂ ਖਿੱਚ ਕੇ, ਜਿਹਦੀਆਂ ਪੱਟਾਂ ਦੇ ਵਿੱਚ ਜ਼ੋਰ ਮਿੱਤਰੋ ਉਹਨੇ ਅੱਜ ਜਾਣਾ ਜਿੱਤ ਕੇ, ਜਿਹਦੀਆਂ ਪੱਟਾਂ ਦੇ ਵਿੱਚ ਜ਼ੋਰ ਮਿੱਤਰੋ ਉਹਨੇ ਜਾਣਾ ਜਿੱਤ ਕੇ। ਲਿੰਕ ਸਿਸਟਮ ਦੇ ਆਧਾਰ ਤੇ ਸਾਰੇ ਇਹਨਾਂ ਮੈਚਾਂ ਦੇ ਜੋ ਰੈਫਰੀ ਸਾਹਿਬ ਕਹਿੰਦੇ ਵੀ ਫੈਸਲੇ ਕੀਤੇ ਜਾਣੇ ਹੈ। ਮਾੜੀ ਮੁਸਤਫਾ ਤੇ ਨਾਲ ਮੁਕਾਬਲਾ ਚੱਲ ਰਿਹਾ ਹੈ ਇਸ ਵਕਤ ਰੱਜੀ ਵਾਲੇ ਦਾ, ਲਓ ਰੱਜੀ ਵਾਲੀ ਟੀਮ ਤੇ ਫਿਰ ਕਬੱਡੀ ਪੈਤੀ ਹੈ ਨੌਜਵਾਨ ਧਾਵੀ ਨੇ, ਮਾੜੀ ਮੁਸਤਫਾ ਵੱਲੋਂ ਬੋਲਿਆ ਗਿਆ ਧਾਵਾ, ਚਾਰ ਜਾਫੀ ਨੇ, ਦੇਖਦੇ ਵੀ ਨੌਜਵਾਨ ਕਿਹਨੇ ਚ ਕਿੰਨੀ ਕੁ ਹਿੰਮਤ ਹੈ, ਕਿਹੜਾ ਡੱਕ ਕੇ ਦਿਖਾਵੇਗਾ। ਜੇ ਖੇਡਣਾ ਹੋਵੇ ਕਬੱਡੀ ਤਾਂ ਦੁੱਧ ਦਹਿਰੀ ਨਹੀਂ ਪਾਈਦਾ, ਉਹ ਮਾਘ ਦੀ ਠੰਡ ਵਿੱਚ ਵੀ ਛੱਡਣਾ ਪੈਂਦਾ ਨਿਗਰ ਜਾਈਦਾ, ਤੇ ਜੇਠਾੜ ਦੀਆਂ ਧੁੱਪਾਂ ਦੀ ਵੀ ਸਹਿਣੀ ਪੈਂਦੀ ਹੈ। ਮਾਰ ਮਿੱਤਰੋ ਬਲੀ ਪੁੱਤ ਮਾਵਾਂ ਦੀ ਕਬੱਡੀ ਖੇਡ ਕੇ ਬਣ ਜਾਂਦੇ ਨੇ ਸੁਪਰ ਸਟਾਰ, ਮਿੱਤਰੋ ਬਲੀ ਪੁੱਤ ਮਾਵਾਂ ਦੀ ਕਬੱਡੀ ਖੇਡ ਕੇ ਬੂਟਾ ਖੋਸੇ ਕੋਟਲੇ ਦੀ ਧਰਤੀ ਦਾ। ਮਟਵਾਣੀ ਤੇ ਬਾਬਾ ਦੇਸਰਾਜ ਕਲੱਬ ਡੇਮਰੂ ਖੁਰਦ ਦੀਆਂ ਟੀਮਾਂ ਵੇਟਿੰਗ ਰੂਮ ਦੇ ਵਿੱਚ ਆ ਜਾਣ ਸਾਰੇ ਖਿਡਾਰੀ ਮੇਰੇ ਵੀਰ।
मटवाणी ते बाबा देसराज क्लब टेबरू सामने रज्जी वाले पिंड वालों फिर देखते भी चार जापी ने इस वक्त तावी माली मुस्तफा पिंड का कबड्डी 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 करता हो खेड कबड्डी फुरती की कम भिड़ना झोटे का बाइकीदार की कुश्ती पक्का साधन गोटे का तंदुरुस्ती का मेला मेला नहीं बीमारा का मेली बन के देख मेली मेला यार टुट के पै गया देखते भी नौजवान जापी इस वक्त रज्जी वाले पिंड का दूसरे पास माली मुस्तफा वाले तावी की पूरी कोशिश भी पॉइंट मैं अपनी टीम के हिस्से लेके जावगा समय ने जेडे साथ जाफी दे देते ने और वड्डा मुकाबला इन दो टीमों का अगले मैच लई मेरा वीर अमना साडा लोपो वाला बड़ा सत्कार योग वीर दा मशहूर बुलारा है वह भी पहुंचे हुए धन्यवाद करते हैं वह भी अगले मैचों ग्राउंड के आ जाए अमना लोपो देसराज बाबा देसराज क्लब डेमरू खुरद ते मटवाणी टीम बिल्कुल तैयारी खिंच लैन और बूटा खोसे कोड़ने वाला पॉइंट इस वक्त रज्जी वाली टीम के हिस्से जुड़ता होया जिंदर कबड्डी 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 करता होया नौजवान तावी खेडां विचों खेड कबड्डी शान पंजाबियां दी इसे विच ही वस्ती लोग जान पंजाबियां दी विच मैदान ते पिरना हुंदा है कम दलेरां दा खेड कबड्डी खेडना शौक पंजाबी शेरां दा बाई जी जो अंपायर दा फैसला हो गया टल मन्निया जाणा है जो रेफरी ने फैसला करता वो फैसला अटल होगा कोई भी प्लेयर झगड़ा ना करे साडी बेनती है सारे खिलाड़ियों प्रति रज्जी वाला ते माली मुस्तफा माला कलां ते डगरू ये टीमां तैयारी कर लो मेरे वीर अगले मैचां लई डगरू ते माला कलां बाबा देसराज क्लब डेमरू खुरद ते मटवाणी इस तो अगला मैच होगा इन दो टीमों का सरदार जुगराग सिंह जी माला कैलगरी कनेडा वाले विशेष तौर पर पुजे हुए हैं साडे वीर राकेश सिंह जी भिखा इस नगर दीयां मानयोग शख्सियतां सरदार सरबत सिंह जी साबका सरपंच सारिआं दा धन्नवाद बाजी और टीम कट्टी जाऊगी जिहड़ा रैफरी नाल झगड़ा करूंगा जिहड़ा रैफरी नाल कोई बहसबाजी करेगा वो टीम कट दित्ती जाएगी ये प्रबंधकां वल्लों फैसला है और अगले मैचां लई बाबा देसराज क्लब डेमरू खुरद ते मटवाणी ये टीमां ग्राउंड दे विच आ जाण लाओ माड़ी मुस्तफा वालों फिर कबड्डी पारिया नौजवान तावी चढ़दी रेस दा वाश किन्ना फैसला होसियां वाले जीते दा भी पॉइंट नौजवान जाफियां दे खाते जुड़ चुके है और अगला मैच बाबा देसराज क्लब डेमरू खुरद ते मटवाणी दीआं टीमां ग्राउंड चा जाण बाबा देसराज क्लब डेमरू ते मटवाणी और उस तो अगे मुकाबला होवेगा माला कलां ते डगरू माला कलां ते डगरू इन्हां दोहो टीमां दे खिडारी वेटिंग रूम दे विच आ के रुक जाण माला कलां ते डगरू अगले मैचां लई साडा वीर पंजाब दा ओ मशहूर बुलारा अमना लोपो वाला विशेष तौर ते पुज्जा होया है असीं इहदा वी धन्नवाद करदे हां अगलियां सेवावां अमनदीप अमना लोपो रज्जी वाला जित गया जी रज्जी वाला जेतू रहा बाबा देसराज क्लब डेमरू खुरद ते मटवाणी ये टीमां दा सी मैच शुरू करन लगे मटवाणी ते बाबा देसराज क्लब डेमरू खुरद बाबा देसराज क्लब डेमरू खुरद ते मटवाणी मटवाणी डेमरू खुरद की जिहड़ी टीम है वह स्कूल वाली साइड चली गई है ते मटवाणी की टीम खेतां वाले पासे बाबा देसराज क्लब डेमरू खुरद ते मटवाणी लाओ दोहो टीमां दा जिहड़ा इस वक्त मुकाबला खेड ग्राउंड दे विच शुरू करवाया जा रहा है यह धरती है गुरुआ पीरां दी रन है शेर बहादुर दा लाओ पहली कबड्डी नौजवान तावी कबड्डी कबड्डी करता होया चार जापी ने सामने
मटवाणी लाओ डेमरू दी टीम दा नौजवान जापी ते मटवाणी पिंड दा नौजवान तावी दा बोलिया गया तावा ते पॉइंट जिहड़ा एस एस जापी ने अपनी टीम दे हिस्से डेढ़ पॉइंट दे नाल खुल चुके ने। अज श्रीमान 108 संत बाबा उजागर सिंह जी दी याद विच सतवें साल दे विच लग्गिया होया मेला मेरे वीरो समुचे नगर निवासियों दे सहयोग दे नाल नगर पंचायत तन तन बाबा प्रेम सिंह जी स्पोर्ट्स क्लब पिंड पेखा जिथे रौनक महारा ने मालवे का मशहूर नगर और सामने कबड्डी 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 करता है नौजवान तावे ऐसा तो डेमरू खुर्द दे वालों दूसरे पासे मटवाणी पिंड दा जाफी डेकन दी हल्के जी कोशिश कीती होई पर पॉइंट नौजवान तावी दे हिस्से जुड़ आया। चल वी कबूआ पा कबड्डी अगली कबड्डी मटवाणी वालों फिर डेमरू दे चार जाफी टी शर्ट सारे खिलाड़ी बाहर ला के आउणगे जिहड़े दोहो टीम पहले नंबर ते सदा पंजाब आंदा है गल जदों भी चले कुर्बानियां दी हरि सिंह नलवे ने ऐसी ताक पाई ते कौम अज भी डरे अफगानियां दी मखण बराड़ा उधम सिंह दा नां सुन के राणी कंब दे फिरे बरतानियां दी। मटवाणी ते पिंड दे ने चार जापी ते डेमरू कुंड दा तावी आ गया चिट्टी पट्टी गोरा रंग नौजवान तावी ने बोलिया है तावा मेरे वीरो इक इक कबड्डी इक जफा दोहो टीमां दे लई बड़ा कीमती होवेगा उड़दी होई तूड़ चौहो भरावां दी घुमदी होई चैन देखदे वी किहदे च किन्ना क जोर है किहड़ा डाके दिखावेगा माओ गभरूआ हल्का जिहा टच देखदे वी डेमरू पिंड दा इह नौजवान तावी पॉइंट अपनी टीम दे हिस्से जोड़दा होया और लीडर के खाते जुड़ चुके हैं। अगला मैच कावला होगा माला कलां ते डगरू टीमां चारी कपड़ो मेरे वीर डगरू ते माला कलां ये दोहो टीमां ने खिलाड़ी वेटिंग रूम दे विच आके बैठ जाण अगले मैच लई। लओ मटवाणी दी टीम दा फिर कबड्डी दा वधिया तावी देखदे वी नौजवान दूसरे पासे फड़िया गुट गुट नूं फड़ के सिखला पकड़ बणाउणी लत्तां दी ओ मुंडियो डंड बैठकां ला लो कौडी बन गई लखां दी और पॉइंट मटवाणी दी टीम दे हिस्से जुड़ चुके है। सारियां टीमां दे मुकाबले बाई जी लिंक सिस्टम के मुताबिक तुहाडा फैसला होगा कोई भी खिलाड़ी मेरा वीर रौला पाउण की कोशिश ना करे प्यार दी भावना नाल सारे मुकाबला खेडण। लओ सामने फिर नौजवान तावी भजदा होया मूहरे लग जा संदूरी पग वालिया पिछे पिछे आवा मिलदी सिंह सरदार देखते भी नौजवान तावी कलेरी कबड्डी पा रहा देखते सामने चार जाती ने डेमरू खुर्द की इतिहासक धरती से लओ कबड्डी 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 करता होया मटवाणी वालों नौजवान गभरू एस तावी बोलिया है तावा एदा रंग संदूरी है ये गोरी चिट्टी है इनू मैली ना करियो ये मेरे पंजाब की मिट्टी है पंजाबियों नू मान है अज पंजाबियों की मां खेल कबड्डी का बगदा होया दरिया मेरे वीरो ये पेखा इतिहासक नगर मालवे का मशहूर पिंड जिथे मीके होने का वड्डा नौ है जिथे कबड्डी जगत के बड़ा सत्कार सिर नाम लिया जाता है इस नगर का। चल भी कबरूआ वाश किन्ना लाल पट्टी गोरा निचोरा रंग कबड्डी कबड्डी करता होया तावी देखते भी जुस्सा देख के भुख उतरती है चौहों जापियों नू वक्त विच पाया होया है किरे विच किन्ना क दम है किहड़ा डाके दिखावेगा लओ कबड्डी पै गई है पता पंगा पै तो लगता किहड़ा रेट बराबर कढ़दा है पता लग जांदा देसी घिओ विच खाधियां चूरनियां दा किने पीता त्यौड़ किने दुध चुंघिया बोरियां दा पॉइंट नौजवान तावी दा ऐसा तो डेमरू खुद दी टीम दे हिस्से कंक दा होर वाधा हुंदा होया मैच समाप्त दोहो टीमां दा डेमरू खुर्द जेतू रहा जी इस मैच के विचों और अगलिया मैच के सेवावां मेरा वीर अमना लोपू हेलो धन्यवाद है उस परमात्मा का जिने मिट्टी के जिस्म नूं जान बख्शी कुछ सोचण दे लई दिमाग दिता ते कुछ बोलण दे लई जवान बख्शी एक वतन सानू पंजाब दिता उतो वखरी सानू पहचान बख्शी जिथे जाई दा लोग सत्कार करदे ने बाबे नानक ने ऐनी शान बख्शी गुरु नानक ने ऐनी शान बख्शी। अज सत प्रेम सिंह स्पोर्ट्स क्लब गुराम पंचायत समूह नगर निवासी एन आर आई वीरां दे सहयोग दे सदका भेखे दीआं इन्हां खेड ग्राउंडां दे विच लगियां होईआं रौणकां खेड मेला पूरे भर जोगन के उपर है कबड्डी ओपन के बहुत तगड़े मैच जिहड़े खेडे जा रहे हैं खेड ग्राउंड इस वेले मैच शुरू होने जा रहा है माला कलां ते डगरू दीआं टीमां दे दरमियान अगले मैच दीआं टीमां दद्दा होर ते बरे जल्दी नाल खेड ग्राउंड पुज्जण।
ਸਾਡੀ ਪ੍ਰਬੰਧਕੀ ਕਮੇਟੀ ਦਾ ਫੈਸਲਾ ਹੈ ਵੀ ਜਿਹੜੇ ਪਹਿਲੇ ਰਾਊਂਡ ਦੇ ਮੈਚ ਬਾਕੀ ਨੇ 5.5 ਜਾਂ 6 ਪੁਆਇੰਟ ਜਿਸ ਟੀਮ ਦੇ ਪਹਿਲਾਂ ਹੋ ਗਏ ਉਹ ਟੀਮ ਉਸ ਮੈਚ ਦੇ ਵਿੱਚ ਵਿਨਰ ਹੋਵੇਗੀ। ਲਓ ਮੈਚ ਜਿਹੜਾ ਸ਼ੁਰੂ ਹੋਣ ਜਾ ਰਿਹਾ ਹੈ, ਇੱਕ ਪਾਸੇ ਕਹਿੰਦੇ ਟੀਮ ਮੇਰੇ ਵੀਰੋ ਮਾਲੇ ਦੀ ਪੁੱਜ ਗਈ ਖੇਤਾਂ ਵਾਲੀ ਸਾਈਡ, ਔਰ ਦੂਸਰੇ ਪਾਸੇ ਕਹਿੰਦੇ ਡਗਰੂ ਦੀ ਟੀਮ ਹੈ। ਦਾਦਾ ਹੂਰ ਤੇ ਬਰੇ ਦੀਆਂ ਟੀਮਾਂ ਅਗਲੇ ਮੈਚ ਲਈ ਜਲਦੀ ਨਾਲ ਖੇਡ ਗਰਾਊਂਡ ਦੇ ਵਿੱਚ ਪੁੱਜਣ। ਦਾਦਾ ਹੂਰ ਤੇ ਬਰੇ, ਡਰੋਲੀ ਭਾਈ ਏ ਤੇ ਘੋੜੀਆ ਖੁਰਦ, ਇਹ ਵੀ ਟੀਮਾਂ ਦੇ ਪਲੇਅਰ ਆਪੋ ਆਪਣੇ ਮੈਚਾਂ ਦੇ ਅਨੁਸਾਰ ਜਲਦੀ ਨਾਲ ਖੇਡ ਗਰਾਊਂਡ ਦੇ ਵਿੱਚ ਪੁੱਜਣ ਕਿ ਜਿਵੇਂ ਭਰਦੇ ਨੇ ਪੰਛੀ ਉਡਾਰੀ ਸਮਾਨਾਂ ਵਿੱਚ, ਉਵੇਂ ਭਰਦੇ ਖਿਡਾਰੀ ਨੇ ਉਡਾਰੀ ਮੈਦਾਨਾਂ ਵਿੱਚ, ਪਰਖੇ ਜਾਣੇ ਨੇ ਜ਼ੋਰ ਜਵਾਨਾਂ ਵਿੱਚ। ਅੱਜ ਸਾਰਿਆਂ ਦੇ ਸਾਹਮਣੇ ਚੰਨ ਵਾਂਗੂ ਚਮਕੂਗਾ ਕਿਹੜਾ, ਅੱਜ ਤਾਰਿਆਂ ਦੇ ਸਾਹਮਣੇ ਦੁਨੀਆਂ ਦੇ ਸੁਪਰ ਸਟਾਰ ਕਬੱਡੀ ਖਿਡਾਰੀ ਪੁੱਜੇ ਹੈ, ਔਰ ਲੱਖਾਂ ਨੌਜਵਾਨ ਗੱਭਰੂ ਕਾਲੇ ਤੋਂ ਬਹੁਤ ਸੋਹਣਾ ਪੁਆਇੰਟ ਆਪਣੀ ਟੀਮ ਦੇ ਲਈ ਐਡਜਸਟ ਕਰਦਾ ਹੋਇਆ। ਸਿੱਖ ਸਰਦਾਰ ਗੱਭਰੂ ਹੈ ਕਿ ਕੋਈ ਇੱਕ ਵਾਰੇ, ਕੋਈ ਦੋ ਵਾਰੇ, ਤੂੰ ਦੇਸ਼ ਕੌਮ ਤੋਂ 7 ਵਾਰ ਕੇ ਕਹਿਣਾ ਭਾਣਾ ਮੀਠਾ ਲਾਗੇ ਤੇਰਾ, ਸਰਵੰਸ਼ ਦਾਨੀ ਆਵੇ ਦੇਣਾ ਕੌਣ ਦੇਊਗਾ ਤੇਰਾ, ਸਰਵੰਸ਼ ਦਾਨੀ ਆਵੇ ਦੇਣਾ ਕੌਣ ਦੇਊਗਾ ਤੇਰਾ। ਬਾਜਾਂ ਵਾਲੇ ਗੁਰੂ ਦੀ ਬਖਸ਼ਿਸ਼ ਸਿੱਖੀ, ਇੱਕ ਪਾਸੇ ਕਹਿੰਦੇ ਮਾਲੇ ਦੀ ਧਰਤੀ ਦਾ ਜਾਫੀ ਹੈ, ਨੌਜਵਾਨ ਪੂਰੀ ਕੋਸ਼ਿਸ਼ ਕਰਦਾ ਪਰ ਪੁਆਇੰਟ 28 ਦੇ ਉੱਤੇ ਐਡਜਸਟ ਹੁੰਦਾ ਹੋਇਆ। ਅਗਲੇ ਮੈਚ ਦੀਆਂ ਟੀਮਾਂ ਦਾਦਾ ਹੂਰ ਤੇ ਬਰੇ, ਡਰੋਲੀ ਭਾਈ ਏ ਤੇ ਘੋੜੀਆ ਖੁਰਦ, ਭੇਖਾ ਤੇ ਰੰਡਿਆਲਾ ਨਾਲ ਆਜ਼ਾਦ ਕਬੱਡੀ ਕਲੱਬ ਘੱਲ ਕਲਾਂ ਤੇ ਮਾਣੂ ਕੇ ਗਿੱਲ, ਇਹ ਸਾਰੀਆਂ ਟੀਮਾਂ ਆਪੋ ਆਪਣੇ ਮੈਚਾਂ ਦੇ ਅਨੁਸਾਰ ਖੇਡ ਮੈਦਾਨ ਦੇ ਵਿੱਚ ਪੁੱਜਣ। ਇੱਧਰ ਨੌਜਵਾਨ ਲੱਖਾਂ ਮਾਲੇ ਪਿੰਡ ਦਾ ਮੇਰੀ ਵੀਰੋ ਆਪਣੀ ਟੀਮ ਲਈ ਲੱਖਾਂ ਜਾਂ ਪੁਆਇੰਟ ਜੋੜਦਾ ਹੈ, ਅਗਲੀ ਕਬੱਡੀ ਪਾਉਣ ਦੇ ਲਈ ਡਗਰੂ ਦੀ ਧਰਤੀ ਦਾ ਨੌਜਵਾਨ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ। ਖੇਡਾਂ ਵਿੱਚੋਂ ਖੇਡ ਕਬੱਡੀ ਸ਼ਾਨ ਪੰਜਾਬੀਆਂ ਦੀ, ਇਹਦੇ ਵਿੱਚ ਹੀ ਵਸਦੀ ਯਾਰ ਜਾਨ ਪੰਜਾਬੀਆਂ ਦੀ, ਵਿੱਚ ਮੈਦਾਨ ਤੇ ਭਿੜਨਾ ਹੁੰਦਾ ਕੰਮ ਦਲੇਰਾਂ ਦਾ, ਖੇਡ ਕਬੱਡੀ ਖੇਡਣਾ ਸ਼ੌਕ ਪੰਜਾਬੀ ਸ਼ੇਰਾਂ ਦਾ। ਮੀਨੀਆਂ ਪਿੰਡ ਦਾ ਰਣਜੀਤ ਸਿੰਘ ਕੋਸ਼ਿਸ਼ ਕਰਦਾ ਤੇ ਸਫਲਤਾ ਧਾਵੀ ਦੇ ਕਦਮ ਚੁੰਮ ਰਹੀ ਹੈ ਕਿ ਲੱਥ ਜਾਂਦੀ ਭੁੱਖ ਦੇ ਇੱਕ ਗੁੰਦੇ ਹੋਏ ਸਰੀਰਾਂ ਨੂੰ ਚੁੰਮਦੀ ਹੈ ਜਿੱਤ ਪੈਰ ਆਣ ਕੇ ਖੀਰਾਂ ਨੂੰ, ਵੇਟ ਮਾਰਦੇ ਜਿਮਾਂ ਦੇ ਵਿੱਚ ਜਾ ਕੇ ਤੇ ਹੋਣ ਮਜ਼ਬੂਤ ਅੱਡੀਆਂ, ਕਰਦੇ ਮਿਹਨਤਾਂ ਖੁਰਾਕਾਂ ਖਾ ਕੇ ਖੁੱਲੀਆਂ ਤੇ ਮਾਰਦੇ ਆ ਮੱਲਾਂ ਵੱਡੀਆਂ, ਕਰਦੇ ਮਿਹਨਤਾਂ ਖੁਰਾਕਾਂ ਖਾ ਕੇ ਖੁੱਲੀਆਂ ਤੇ ਮਾਰਦੇ ਆ ਮੱਲਾਂ ਵੱਡੀਆਂ। ਨੌਜਵਾਨ ਸੋਨਾ ਧੰਨਾ ਸ਼ਹੀਦ ਦੀ ਧਰਤੀ ਦਾ ਮਾਲੇ ਦੀ ਟੀਮ ਲਈ ਲੱਖਾਂ ਦਾ ਪੁਆਇੰਟ ਜੋੜਦਾ ਹੈ, ਅਗਲੀ ਕਬੱਡੀ ਪਾਉਣ ਦੇ ਲਈ ਕਹਿੰਦੇ ਪ੍ਰੀਤਮ ਸਿੰਘ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਦੀ ਧਰਤੀ। ਨੌਜਵਾਨ ਗੱਭਰੂ ਦਾ ਬੋਲਿਆ ਹੋਇਆ ਧਾਵਾ ਤੇ ਸਾਹਮਣੇ ਵੇਖਦਾ ਵੀ ਨੌਜਵਾਨ ਸ਼ੰਮਾ ਮਾਲੇ ਵਾਲਾ ਖੇਡ ਮੈਦਾਨ ਦੇ ਵਿੱਚ ਲਾਉਂਦਾ ਹੋਇਆ ਤਕੜਾ ਜੱਫਾ ਕਿ ਗੋਲ ਜੇ ਉਹ ਦਾਇਰੇ ਵਿੱਚ ਹੰਦੇ ਤੋਂ ਦਿਸਦੇ, ਚੜ ਜਾਂਦਾ ਚਾਹ ਜਦੋਂ ਖਿਡਾਰੀ ਵਿੱਚ ਦਿਸਦੇ, ਬਾਰੇ ਉਹਦੇ ਜਾਮਾ ਜੀ ਨੇ ਕਾੜੇ ਦੀ ਕੱਢੀ, ਖੇਡਣੀ ਕਬੱਡੀ ਜਾਰੂ ਖੇਡਣੀ ਕਬੱਡੀ। ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦੇ ਮੈਚ ਅੱਜ ਭੇਖੇ ਦੀਆਂ ਖੇਡ ਗਰਾਊਂਡਾਂ ਦੇ ਵਿੱਚ ਤੁਸੀਂ ਤੱਕ ਰਹੇ ਹੋ। ਇੱਧਰ ਨੌਜਵਾਨ ਕਹਿੰਦੇ ਲੱਖੇ ਨੇ ਕਬੱਡੀ ਪਾਈ ਹੈ ਮੇਰੇ ਵੀਰੋ, ਕਿ ਸੀ ਬਲਵਿੰਦਰ ਫਿੱਟੂ ਘੋੜਾ ਲੰਮੀ ਪਾਰੀ ਦਾ, ਨਾਲ ਸ਼ਰਮ ਦੇ ਖੇਡੇ ਕਾਕਾ ਕਾਰੀ ਸਾਰੀ ਦਾ, ਲੱਖਾਂ ਦੀ ਗੱਲ ਕਰਦਾ ਲੱਖਾਂ ਗਾਜੀਪੁਰ ਦਾ ਜੀ, ਖਾਲੀ ਹੱਥ ਗੁਰਲਾਲ ਕਦੇ ਨਾ ਪਿੱਛੇ ਮੁੜਦਾ ਜੀ, ਬਾਜੇ ਖਾਨੇ ਜੰਮਿਆ ਸੀ ਹਰਜੀਤ ਬਰਾੜਾ ਦੇ, ਖੇਡਣ ਯੋਰਾ ਨਾਲ ਕਬੱਡੀ ਪੁੱਤ ਸਰਦਾਰਾਂ ਦੇ। ਮੈਚ ਸਮਾਪਤ ਹੈ, ਇਸ ਮੈਚ ਦੇ ਵਿੱਚ ਮਾਲੇ ਦੀ ਟੀਮ ਵਿਨਰ ਰਹੀ ਹੈ। ਸਾਡੇ ਪ੍ਰਬੰਧਕ ਵੀਰ ਨੋਟ ਕਰ ਲੈਣ, ਪ੍ਰਧਾਨ ਸਰਦਾਰ ਰਾਮ ਸਿੰਘ ਜੀ, ਜਸਵੰਤ ਸਿੰਘ ਵਰਗੇ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਮਾਸਟਰ ਦਵਿੰਦਰ ਸਿੰਘ ਜੀ ਭੇਖਾ, ਜਿਨ੍ਹਾਂ ਦੀ ਬਹੁਤ ਵੱਡੀ ਦੇਣ ਹੈ ਖੇਡ ਕਬੱਡੀ ਨੂੰ। ਆਜ਼ਾਦ ਕਬੱਡੀ ਕਲੱਬ ਐਡਮਿੰਟਨ ਘੱਲ ਕਲਾਂ ਦੇ ਮੇਨ ਕੋਚ ਸਾਹਿਬਾਨ ਨੇ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਦਾਦਾ ਹੂਰ ਤੇ ਬਰੇ ਦੀਆਂ ਟੀਮਾਂ ਜਲਦੀ ਨਾਲ ਖੇਡ ਗਰਾਊਂਡ ਦੇ ਵਿੱਚ ਪੁੱਜਣ। ਦਾਦਾ ਹੂਰ ਤੇ ਬਰੇ, ਜਿੰਮੀ ਤੇ ਗੈਰੀ ਧਾਲੀਵਾਲ ਕੈਨੇਡਾ ਵਾਲੇ ਬੈਸਟ ਏਡ ਦੇ ਜਾਫੀ ਦੇ ਲਈ 5,000 ਰੁਪਏ ਦੇ ਮਾਨ ਸਨਮਾਨ ਦਿੱਤੇ ਜਾਣਗੇ। ਜਿੰਮੀ ਤੇ ਗੈਰੀ ਧਾਲੀਵਾਲ ਕੈਨੇਡਾ ਵਾਲੇ ਇਹਨਾਂ ਵੀਰਾਂ ਦੀ ਤਰਫੋਂ 5,000 ਰੁਪਏ ਬੈਸਟ ਏਡ ਤੇ ਜਾਫੀ ਨੂੰ ਦਿੱਤੇ ਜਾਣਗੇ। ਦਾਦਾ ਹੂਰ ਤੇ ਬਰੇ, ਡੋਲੀ ਭਾਈ ਏ ਤੇ ਘੋੜੀਆ ਖੁਰਦ, ਭੇਖਾ ਤੇ ਰੰਡਿਆਲਾ, ਆਜ਼ਾਦ ਕਬੱਡੀ ਕਲੱਬ ਘੱਲ ਕਲਾਂ ਤੇ ਮਾਣੂ ਕੇ ਗਿੱਲ, ਇਹ ਢੋਡੀ ਤੇ ਵਕੀਲਾਂ ਵਾਲਾ, ਡਰੋਲੀ ਭਾਈ ਤੇ ਸ਼ੂਸ਼ਕ ਸਨੇਰ ਤੇ ਬਾਬਾ ਰੁਖੜਦਾਸ ਕਲੱਬ ਭਲੂਰ, ਘੱਲ ਕਲਾਂ ਹਰਗੋਬਿੰਦ ਕਲੱਬ ਤੇ ਮੇਜਰ ਸਰ ਕਲੱਬ ਮਹਿਲਾ, ਇਹ ਟੀਮਾਂ ਵੀ ਜਿਹੜੀਆਂ ਆਪਾਂ ਆਪਣੇ ਮੈਚਾਂ ਦੇ ਅਨੁਸਾਰ ਖੇਡ ਮੈਦਾਨ ਦੇ ਵਿੱਚ ਪੁੱਜਣ। ਜਲਦੀ ਨਾਲ ਮੈਚ ਸ਼ੁਰੂ ਕਰਾ ਦਿਓ ਦਾਦਾ ਹੂਰ ਤੇ ਬਰੇ ਦੀਆਂ ਟੀਮਾਂ ਦੇ ਦਰਮਿਆਨ।
हेलो असी बेनती करते हैं अंग्रेज सिंह गोलू पिंड कज्जन वाले तो जे साडी आवाज सुनदा वो अपना सम्मान चिन्ह प्राप्त कर लेवे अंग्रेज सिंह गोलू कज्जन वाले तो अंग्रेज सिंह गोलू कज्जन वाले तो रतन सिंह टेंट ढोली भाई उन्हूं बेनती करते हैं भी वह भी अपना सम्मान चिन्ह प्राप्त कर लेवे भुपिंदर सिंह सैकटरी गोलू सिंह अंग्रेज सिंह गोलू पिंड कज्जर वाले तो साढ़े को पहुंच चुके ने सानू हरेक साल टूरनामेंट के दाण देते हैं उन्होंने सन्मानित कर रहे हैं साढ़े कमेटी मैंबर नाल ही गगन स्टूडियो को बेनती करते हैं कि स्टेज के मूहे पहुंचने की कृपालता करे गगन स्टूडियो डोली भाई ए घोलिया खुरदे दोनों टीम अगले मैच दियां जल्दी नाल खेड ग्राउंड विच पुज्जण हेलो हेलो हरमेल सिंह मल्ली बागा फराणा वो साढ़े कोले पहुंचे ने असी उन्हां दा इत्थे पहुंचण ते टूरनामेंट कमेटी वालों धन्नवाद करदे आ हरमेल सिंह मल्ली डोली भाई ए ते घोलिया खुरद भीखा ते रंडियाला आजाद कबड्डी क्लब घल कलां ते माणू के गिल ए ਢੋਡੀ ਤੇ ਵਕੀਲਾਂ ਵਾਲਾ ਡਰੋਲੀ ਭਾਈ ਵੀ ਤੇ ਸ਼ੋਸ਼ਕ ਸਾਰੀਆਂ ਟੀਮਾਂ ਨੂੰ ਬੇਨਤੀ ਹੈ ਵੀ ਆਪੋ ਆਪਣੇ ਮੈਚਾਂ ਦੇ ਅਨੁਸਾਰ ਟੀਮਾਂ ਜਿਹੜੀਆਂ ਖੇਡ ਮੈਦਾਨ ਦੇ ਵਿੱਚ ਪੁੱਜਦੀਆਂ ਜਾਣ ਮੈਚ ਸ਼ੁਰੂ ਹੋਣ ਜਾ ਰਿਹਾ ਇੱਕ ਪਾਸੇ ਗੱਦਾ ਹੋਰ ਦੀ ਟੀਮ ਮੇਰੇ ਵੀਰੋ ਖੇਤਾਂ ਵਾਲੀ ਸਾਈਡ ਪੁੱਜ ਗਈ ਹੈ ਔਰ ਦੂਸਰੇ ਪਾਸੇ ਟੀਮ ਵਰਿਆਂ ਦੀ ਹੈ ਅਗਲੇ ਮੈਚ ਲਈ ਡਰੋਲੀ ਭਾਈ ਏ ਤੇ ਘੋਲੀਆ ਖੁਰਦ ਭੇਖਾ ਤੇ ਰੰਡਿਆਲਾ ਹੈਲੋ ਇਹ ਟੀਮਾਂ ਖੇਡ ਗਰਾਊਂਡ ਦੇ ਲਾਗੇ ਪੁੱਜਣ अंग्रेज सिंह गोलू पिंड कज्जन वाले तो इन्होंने सानू 1000 रुपया दान दिता साढ़े कमेटी मैंबर उन्होंने सन्मानित कर रहे ने असी इन्हों दानी सज्जणा दा तहे दिलों धन्नवाद करदे आं लाओ इसलिए मैच जिहड़ा शुरू हो जा रहा है दो ही टीमां दे दरमियान चिट्टियां कपाह दियां फुट्टियां वर्गी धुप और लगियां होईयां रौनकां अज भेखे दी धरती ते मेरे वीरो खेड कबड्डी दियां खेड खेडां विचों वड्डी जिहनूं आखदे कबड्डी खेडी जांदी लाके पूरा इह तान मित्रो कबड्डी भंगड़ा पंजाबियां दी शान मित्रो कबड्डी भंगड़ा पंजाबियां दी शान मित्रो शान है कबड्डी जिंद जान है नौजवान ज्योति इसलिए कबड्डी पाउण दी तैयारी दे विच कि आ गया खिडारी दे मुख खिच के तैयारियां मेहनता दे नाल यारो पाडियां लगूगा मैदान विच जोर चोटी अड्डी दा कौडी तो हीरा बन जे जिन्हू लग जे कबड्डी दा ज्योति दी पई हुई कबड्डी है दादा हूर दी धरती दे चौ जाफियां दे विचों वेखदा वी कहिंदे पाड़ी पिंड इस खिडारी दा गुरजीत सिंह नाम है कनेडा दी हरजीत कबड्डी क्लब वल्लों ब्रिटिश कोलंबिया दे खेड मैदानां विच राज बदनी उहनां दे सदे ते बाब सिद्धू उहनां दे सदे ते तगड़े जफे लाए है गुरजीत सिंह आउट दे कबरू पाड़ी पिंड दा ला तगड़ा जफा अपनी टीम लई लखा पॉइंट जोड़ता हुआ उच्चा लंबा कद कहते भी नौजवान मनु दद्दा हूरिया कबड्डी पा रहे खेड ग्राउंड के पॉइंट मनु ने अपनी टीम लिए जोड़ दिता है मास्टर दविंदर सिंह का चंडिया हुआ खिलाड़ी बहुत सोहना पॉइंट अपनी टीम लिए जोड़ता हुआ अगली कबड्डी नौजवान के मथा टेकिया मुंडे ने हाथ जोड़े लगा रब नु इह ध्यान लुको मारो ताड़िया शेर नु दिओ थापी धावी चलिया कबड्डिया पाउण लुको नौजवान गबरू की पई हुई कबड्डी कहते गोपी ने कबड्डी पाई है नौजवान गुरजीत कोशिश करता है एक तूत पिंड दा मशहूर है एक गुरजीत पुरेवाल मशहूर है ते वेखो पॉइंट जेड़ा ज्योति डाले वाले दा फैसला है भी पॉइंट कॉमन हो गया अगली कबड्डी पाउण वाला खिलाड़ी कहते दुनिया भर दे विच मशहूर है मेरे वीरो हाकम सिंह दा पुत्र है दुनिया दे तेज तरार शार्प ब्रेन धावी विच नाम है कि मारियां कौडी दे विच मल्लां हुंदियां सत्थां दे विच गल्लां हथ ला के जाफी नूं छूकदा जांदा है माले वाला पाल दा जफा टामा खांदा है माले वाला पाल दा जफा टामा खांदा है कनेडा दे मैदानां विच वी धुम्मां ने इस गबरू दियां इधर नौजवान ज्योति अगली कबड्डी पाउण दे लई फिर खेड मैदान दे विच वध्या होया है चार जाफी भी बिल्कुल तैयार ने हुण वेखदा वी कौण गुट फड़दा कौण लत्ती लगदा कौण पूरे होके करा टाइम अपनी टीम लई लखा जां पॉइंट जोड़दा है पर नौजवान गबरू ने मार पड़ते थापी इशारा कर दिता वी इह पॉइंट मेरी टीम दे हिस्से एडजस्ट हो चुक्या नौजवान गबरू मैनूं दद्दा अगली कबड्डी पाउण दे लई खेड मैदान दे विच फिर वध्या होया है इधर चार जाफी बिल्कुल तैयार ने नौजवान दी दो नंबर तो कोशिश है इधर जीते दा फैसला है भी पॉइंट इसलिए धावी दे सिर एडजस्ट होंदा होया पॉइंट धावी दा अगली कबड्डी पाउण दे लई फिर गोपी खेड मैदान दे विच वाधा होया अज दे इस कबड्डी टूरनामेंट दे लई
वड्डे योगदान ने बाबा अंग्रेज सिंह की याद विच 21,000 रुपए का मेरे वीरो योगदान ओपन का दूसरा नाम स्वर्गवासी माला सिंह के परिवार वालों मेरे वीरो दिता जा रहा है। स्वर्गवासी आत्मा सिंह जी कनेडा की याद विच गोविंद योध अजमेर सिंह कनेडा वालों वड्डे योगदान पाए गए ने और स्वर्गवासी मेहर सिंह की याद विच पम्मा सिद्धू जी जग्गा कनेडा जी उन्हां वालों वड्डे योगदान पाए गए ने। स्वर्गवासी केर सिंह साबका मैंबर की याद विच बब्बू सिद्धू जी हैप्पी कनेडा जी इन्हां वालों वड्डे योगदान पाए गए ने। सरदार बिकर सिंह सपुत्र भान सिंह